ਹੁਣ ਜਦੋਂ ਗਦਰ ਲਹਿਰ ਦੀ ਸੈਂਟਨਰੀ ਮਨਾਈ ਜਾ ਰਹੀ ਤਾਂ ਆਜ਼ਾਦੀ ਸੰਗਰਾਮ ਦੇ ਵਿੱਚ ਜਿਨ੍ਹਾਂ ਯੋਧਿਆਂ ਨੇ ਰੋਲ ਅਦਾ ਕੀਤਾ ਸੀ ਉਹਨਾਂ ਦੇ ਬਾਰੇ ਦੁਬਾਰਾ ਫਿਰ ਚਰਚਾ ਛਿੜ ਪਈ ਹੈ। ਖਾਸ ਤੌਰ 'ਤੇ ਉਹਨਾਂ ਦੇ ਬਾਰੇ 'ਚ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਵਾਰੀਆਂ ਔਰ ਆਪਣਾ ਤਨ ਮਨ ਅਰਪਣ ਕੀਤਾ, ਆਪਣੀ ਜਾਇਦਾਦ, ਆਪਣਾ ਘਰ ਘਾਟ, ਆਪਣੇ ਪਰਿਵਾਰ ਨੂੰ ਦਾਅ 'ਤੇ ਲਾ ਕੇ ਦੇਸ਼ ਦੀ ਆਜ਼ਾਦੀ ਦੇ ਲਈ ਸੰਗਰਾਮ ਲੜਿਆ, ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਯੋਧੇ ਨੇ ਜਿਹੜੇ ਅਜੇ ਵੀ ਗੁੰਮਨਾਮ ਨੇ ਜਾਂ ਉਹਨਾਂ ਦੀ ਕਦਰ ਨਹੀਂ ਪਈ ਜਿੰਨੀ ਉਹਨਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਸੀ ਦੇਸ਼ ਵਾਸੀਆਂ ਦੇ ਵੱਲੋਂ। ਔਰ ਉਹਨਾਂ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਵੀ ਨੇ ਜਿਹੜੀਆਂ ਆਜ਼ਾਦੀ ਦੀ ਲੜਾਈ ਦੇ ਵਿੱਚ ਕੁੱਦੀਆਂ, ਲੇਕਿਨ ਇਤਿਹਾਸ ਦੇ ਵਰਕਿਆਂ ਦੇ ਉੱਪਰ ਉਹਨਾਂ ਦਾ ਨਾਮ ਬਿਲਕੁਲ ਮਾਮੂਲੀ ਹੀ ਚੜ੍ਹਿਆ ਜਾਂ ਫਿਰ ਚੜ੍ਹਿਆ ਹੀ ਨਹੀਂ, ਉਹ ਗਾਇਬ ਹੋ ਕੇ ਹੀ ਰਹਿ ਗਏ। ਅਤੇ ਹੁਣ ਜਦੋਂ ਇਹ ਸੈਂਟਨਰੀ ਮਨਾਈ ਜਾ ਰਹੀ ਹੈ ਤਾਂ ਫਿਰ ਅਜਿਹੀਆਂ ਸਾਰੀਆਂ ਸ਼ਖਸੀਅਤਾਂ ਦੇ ਬਾਰੇ 'ਚ ਚਰਚਾ ਦਾ ਛੱਡਣਾ ਬੜਾ ਜ਼ਰੂਰੀ ਹੋ ਗਿਆ ਹੈ। ਅੱਜ ਅਸੀਂ ਪਹੁੰਚੇ ਹਾਂ ਇੱਕ ਅਜਿਹੇ ਪਿੰਡ ਦੇ ਵਿੱਚ ਜਿੱਥੋਂ ਦੇ ਬਹੁਤ ਮਹਾਨ ਯੋਧੇ ਹੋਏ ਨੇ, ਗਦਰੀ ਯੋਧੇ ਹੋਏ ਨੇ, ਰੈਵੋਲਿਊਸ਼ਨਰੀ ਹੋਏ ਨੇ, ਕਾਬਲ ਸਿੰਘ ਗੋਬਿੰਦਪੁਰੀ ਜੀ। ਅਤੇ ਪਿੰਡ ਹੈ ਉਹਨਾਂ ਦਾ ਗੋਬਿੰਦਪੁਰ, ਔਰ ਬੰਗਿਆਂ ਤੋਂ ਥੋੜ੍ਹੀ ਦੂਰੀ 'ਤੇ ਹੈ। ਔਰ ਅਸੀਂ ਉੱਥੇ ਆ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕੁਛ ਸ਼ਖਸੀਅਤਾਂ ਸਾਨੂੰ ਮਿਲ ਜਾਣਗੀਆਂ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਸਕੀਏ। ਅਤੇ ਅਸੀਂ ਇਸ ਗੱਲ ਦੇ ਵਿੱਚ ਸਫਲ ਵੀ ਹੋਏ ਹਾਂ ਕਿ ਜਿਨ੍ਹਾਂ ਦੇ ਨਾਲ ਬੈਠ ਕੇ ਉਹ ਗੱਲਾਂ ਕਰਿਆ ਕਰਦੇ ਸਨ ਉਹ ਅੱਜ ਸਾਡੇ ਨਾਲ ਹਾਜ਼ਰ ਨੇ, ਔਰ ਉਹ ਹਾਜ਼ਰ ਨੇ ਜਿਨ੍ਹਾਂ ਦੇ ਉਹਨਾਂ ਦੇ ਬਾਰੇ ਦੇ ਵਿੱਚ ਖੋਜ ਕਰਕੇ ਕੁਝ ਛਾਪਣ ਦਾ ਵੀ ਯਤਨ ਕੀਤਾ ਹੈ। ਪਿਛਲੇ ਦਿਨਾਂ ਦੇ ਵਿੱਚ ਕੁਝ ਕਿਤਾਬਾਂ ਆਉਣ ਵਾਲੀਆਂ ਨੇ। ਔਰ ਕਾਬਲ ਸਿੰਘ ਗੋਬਿੰਦਪੁਰੀ ਜੀ, ਜਿਨ੍ਹਾਂ ਨੂੰ ਮਾਸਟਰ ਜੀ ਕਹਿ ਕੇ ਬੁਲਾਇਆ ਜਾਂਦਾ ਸੀ, ਉਹਨਾਂ ਦੇ ਪਿੰਡ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਲ ਉਹ ਗੱਲਾਂ ਕਰਦੇ ਰਹੇ ਨੇ, ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ। ਅਸੀਂ ਉਹਨਾਂ ਦੇ ਨਾਲ ਉਹ ਗੱਲਾਂ ਕਰਾਂਗੇ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਮਾਸਟਰ ਜੀ ਕਰਿਆ ਕਰਦੇ ਸਨ। ਔਰ ਅਸੀਂ ਦੇਖ ਰਹੇ ਹਾਂ ਕਿ ਇਸ ਵੇਲੇ ਸਾਡੇ ਕੋਲ ਹਾਜ਼ਰ ਨੇ ਐਸ ਬਲਵੰਤ ਜੀ, ਜਿਨ੍ਹਾਂ ਨੇ ਹੁਣੇ ਹੁਣੇ ਥੋੜ੍ਹੇ ਜਿਹੇ ਦਿਨਾਂ ਪਹਿਲਾਂ ਕਿਤਾਬ ਨੂੰ ਕੰਪਾਇਲ ਕੀਤਾ ਹੈ, ਉਹਨਾਂ ਦੇ ਸਾਰੇ ਮੈਗਜ਼ੀਨ ਇਕੱਠੇ ਕਰਕੇ ਔਰ ਉਹਨਾਂ ਦੀਆਂ ਯਾਦਾਂ ਇਕੱਠੀਆਂ ਕਰਕੇ, ਉਹਨਾਂ ਦੀਆਂ ਹੱਥ ਲਿਖਤਾਂ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ 'ਚੋਂ ਲੱਭ ਕੇ ਛਾਪਣ ਦਾ ਯਤਨ ਕੀਤਾ ਹੈ, ਜਿਹੜੀ ਕਿ ਕਿਤਾਬ ਆਉਂਦੇ ਦਿਨਾਂ ਦੇ ਵਿੱਚ ਛਪਣ ਵਾਲੀ ਹੈ। ਐਸ ਬਲਵੰਤ ਜੀ ਨੇ, ਔਰ ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਕੁਲਵੰਤ ਸਿੰਘ ਜੀ, ਜਿਹੜੇ ਕਿ ਪਿਛਲੇ 40 ਸਾਲਾਂ ਤੋਂ, ਤਕਰੀਬਨ 45 ਸਾਲਾਂ ਤੋਂ ਪੰਚ ਚਲੇ ਆ ਰਹੇ ਨੇ ਪਿੰਡ ਦੇ, ਲੇਕਿਨ ਉਹਨਾਂ ਨੇ ਮਾਸਟਰ ਜੀ ਦੇ ਨਾਲ ਬੈਠ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਨੇ, ਉਹ ਗੱਲਾਂ ਕੀਤੀਆਂ ਹੋਈਆਂ ਨੇ ਜਿਹੜੀਆਂ ਸ਼ਾਇਦ ਲਿਖਤ ਦੇ ਵਿੱਚ ਨਾ ਪਾਈਆਂ ਜਾ ਸਕਣ, ਅਸੀਂ ਉਹਨਾਂ ਨਾਲ ਉਹ ਵੀ ਸਾਂਝੀਆਂ ਕਰਾਂਗੇ। ਉਹਨਾਂ ਦੇ ਨਾਲ ਬੈਠੇ ਨੇ ਉਹਨਾਂ ਦੇ ਸਪੁੱਤਰ ਸਰਦਾਰ ਹਰਦੇਵ ਸਿੰਘ ਜੀ, ਜਿਹੜੇ ਕਿ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ, NRI ਨੇ, ਲੇਕਿਨ ਕਿਉਂਕਿ ਉਹਨਾਂ ਦੇ ਬੇਟੇ ਨੇ ਬਹੁਤ ਸਾਰੀਆਂ ਗੱਲਾਂ ਉਹ ਖੁਦ ਵੀ ਸਾਨੂੰ ਦੱਸਣ ਦੇ ਸਮਰੱਥ ਨੇ ਇਸ ਵੇਲੇ। ਔਰ ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਗੁਲਚੈਨ ਸਿੰਘ ਜੀ, ਜਿਹੜੇ ਕਿ ਇਸ ਪਿੰਡ ਦੇ ਵਸਨੀਕ ਨੇ। ਦੱਸਦੇ ਨੇ ਕਿ ਮੈਂ ਉਦੋਂ 17-18 ਵਰ੍ਹਿਆਂ ਦਾ ਸਾਂ ਜਦੋਂ ਮਾਸਟਰ ਜੀ ਦੇ ਨਾਲ ਗੱਲਾਂ ਕਰਨ ਦਾ ਜਾਂ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਦਾ ਸੀ, ਲੇਕਿਨ ਉਹ ਆਪ ਪੜ੍ਹਾਈ 'ਚ ਬੜੀ ਰੁਚੀ ਰੱਖਦੇ ਨੇ, ਜੋ ਕੁਛ ਉਹਨਾਂ ਨੇ ਪੜ੍ਹਿਆ ਵੀ ਹੋਇਆ ਹੈ ਅਤੇ ਜਾਂ ਉਹਨਾਂ ਨੇ ਕੁਛ ਉਹਨਾਂ ਦੇ ਕੋਲੋਂ ਸੁਣਿਆ ਵੀ ਹੋਇਆ ਹੈ ਜਾਂ ਬਜ਼ੁਰਗਾਂ ਦੇ ਕੋਲੋਂ ਸੁਣਿਆ ਹੋਇਆ, ਸਾਡੇ ਨਾਲ ਅੱਜ ਸਾਂਝਾ ਕਰਨਗੇ। ਅਸੀਂ ਉਹਨਾਂ ਦੇ ਨਾਲ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ, ਔਰ ਐਸ ਬਲਵੰਤ ਜੀ ਦੇ ਨਾਲ ਆਪਣੀ ਗੱਲਬਾਤ ਸ਼ੁਰੂ ਕਰਾਂਗੇ ਕਿ ਉਹਨਾਂ ਨੇ ਕੀ ਕੁਝ ਡਿਸਕਵਰ ਕੀਤਾ ਹੈ। ਉਸ ਤੋਂ ਬਾਅਦ ਚੱਲਾਂਗੇ ਜਾਤੀ ਤਜਰਬੇ ਦੇ ਉੱਤੇ, ਔਰ ਹੁਣ ਦੇਖਦੇ ਹਾਂ ਕਿ ਬਲਵੰਤ ਜੀ ਸਾਨੂੰ ਕੀ ਦੱਸਦੇ ਨੇ। ਕਈ ਵਾਰ ਅਸੀਂ ਸੱਚਮੁੱਚ ਹੀ ਬੜਾ ਹੈਰਾਨ ਹੁੰਦੇ ਹਾਂ ਕਿ ਕਿਸ ਤਰ੍ਹਾਂ ਡੈਡੀਕੇਸ਼ਨ ਦੇ ਨਾਲ, ਕਿਸ ਤਰ੍ਹਾਂ ਦੇਸ਼ ਭਗਤੀ ਦੇ ਨਜ਼ਰੀਏ ਦੇ ਉੱਤੋਂ ਪੂਰੀ ਦੀ ਪੂਰੀ ਜ਼ਿੰਦਗੀ ਲਗਾ ਦਿੱਤੀ, ਔਰ ਉਹਨਾਂ ਨੇ ਆਪਣਾ ਘਰ ਦਾ ਕੁਝ ਨਹੀਂ ਸੋਚਿਆ ਔਰ ਆਪਣੇ ਬੱਚਿਆਂ ਦੇ ਬਾਰੇ ਦੇ ਵਿੱਚ ਕਿ ਮੈਂ ਉਹਨਾਂ ਦੀ ਜ਼ਿੰਦਗੀ ਬਣਾਵਾਂ, ਸਗੋਂ ਸਾਰੇ ਦੇਸ਼ ਨੂੰ, ਸਾਰੇ ਦੇਸ਼ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਆਪਣੀਆਂ ਜ਼ਿੰਦਗੀਆਂ ਲਗਾਈਆਂ। ਲੇਕਿਨ ਇਸ ਦੇਸ਼ ਦੇ ਵਿੱਚ ਇਤਿਹਾਸ ਦੇ ਵਰਕਿਆਂ ਨੇ ਉਹਨਾਂ ਦੇ ਨਾਲ ਇਨਸਾਫ ਨਹੀਂ ਕੀਤਾ, ਔਰ ਅਸੀਂ ਦੇਖਦੇ ਹਾਂ ਕਿ ਅਸਲ ਦੇ ਵਿੱਚ ਕਿ ਕੀ ਕੁਝ ਡਿਸਕਵਰ ਕੀਤਾ ਹੈ ਬਲਵੰਤ ਜੀ ਨੇ। ਬਲਵੰਤ ਜੀ, ਤੁਸੀਂ ਮੈਨੂੰ ਜੋ ਪਤਾ ਲੱਗਾ ਕਿ ਉਹਨਾਂ ਦੀਆਂ ਹੱਥ ਲਿਖਤਾਂ ਜਿਹੜੀਆਂ ਡਾਇਰੀਆਂ ਸੀ ਉਹਨਾਂ ਦੀਆਂ, ਜਾਂ ਜਿਹੜਾ ਉਹ ਅਖਬਾਰ ਛਾਪਦੇ ਸੀ ਉਹਨਾਂ ਦੇ ਵਿੱਚ ਜਿਹੜੀਆਂ ਲਿਖਤਾਂ ਸੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕੁਝ ਚੀਜ਼ਾਂ ਕੰਪਾਇਲ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਕੀ ਨਜ਼ਰ ਆਇਆ ਕਿ ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ ਜਦੋਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਪੜ੍ਹ ਕੇ ਇੱਕ ਕਿਤਾਬ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਹੈ? ਮੈਨੂੰ ਤਾਂ ਸਭ ਤੋਂ ਪਹਿਲਾਂ ਹੈਰਾਨੀ ਹੁੰਦੀ ਹੈ ਕਿ ਇਹੋ ਜਿਹੀ ਸ਼ਖਸੀਅਤ ਅੱਜ ਤੱਕ ਇਹਦੇ ਬਾਰੇ ਜ਼ਿਕਰ ਕਿਉਂ ਨਹੀਂ ਹੋਇਆ।
ਕਿਉਂਕਿ ਜਿੰਨੀ ਉਹਨਾਂ ਦੀ ਘਟਨਾ ਹੈ, ਜਿੰਨੀ ਉਹਨਾਂ ਦੀ ਕੰਟਰੀਬਿਊਸ਼ਨ ਹੈ, ਉਹ ਵੈਸੇ ਤਾਂ ਸਾਰਿਆਂ ਦੀ ਹਰੇਕ ਦੀ ਆਪਣੀ ਆਪਣੀ ਥਾਂ ਹੁੰਦੀ ਹੈ, ਪਰ ਇਹਨਾਂ ਨੇ ਜੋ ਤਸੀਹੇ ਝੱਲੇ ਛੋਟੀ ਜਿਹੀ ਉਮਰ 'ਚ ਸ਼ੁਰੂ ਕਰਕੇ, ਸੇ ਫੋਰ ਐਗਜ਼ਾਮਪਲ ਇਹਨਾਂ ਨੇ ਜਿੱਦਾਂ ਮੈਂ ਇਹਨਾਂ ਦੀ ਜਿਹੜੀ ਪੰਜਾਬੀ ਜਨਤਾ ਇੱਕ ਅਖਬਾਰ ਕੱਢਦੇ ਹੁੰਦੇ ਸੀ ਜਲੰਧਰ ਜੀ ਜੀ, ਉਹਦੇ ਸੰਪਾਦਕੀ ਮੈਂ ਕੁਛ ਲਏ ਆ ਜਿਹੜੇ ਉਹਦੇ 'ਚ ਮੈਂ ਇੱਕ ਨਮੂਨੇ ਦੇ ਤੌਰ 'ਤੇ ਦਿੱਤੇ। ਉਸ ਤੋਂ ਬਿਨਾਂ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸਨ ਉਹਨਾਂ ਬਾਰੇ ਉਹਨਾਂ ਨੇ ਛੋਟੇ ਛੋਟੇ ਸਕੈਚਿਸ ਲਿਖੇ ਹੋਏ ਆ ਉਹਦੇ 'ਤੇ ਨੇ, ਉਹਨਾਂ ਦੇ ਕੁਛ ਆਰਟੀਕਲਸ ਨੇ ਉਹਦੇ 'ਤੇ ਹੋਏ ਆ, ਕੁਛ ਉਹਨਾਂ ਦੇ ਪ੍ਰਧਾਨਗੀ ਪਾਸੇ ਨੇ ਉਹ ਦਿੱਤੇ ਨੇ, ਕੁਛ ਮੈਂ ਉਹਨਾਂ ਦਾ ਜਿਹੜਾ ਕੈਨੇਡਾ 'ਚ ਪਹਿਲੀ ਉੱਥੇ ਪੰਜਾਬੀ ਕਾਨਫਰੰਸ ਹੋਈ ਸੀ ਜੀ ਜੀ, ਉਹ ਉਹਦਾ ਮੈਂ ਸਾਰੇ ਜਿਹੜੇ ਮਤੇ ਪਾਸ ਹੋਏ ਆ ਉਹਨੂੰ ਮੈਂ ਉਹਦੇ ਦਿੱਤੇ ਨੇ। ਔਰ ਮੈਂ ਉਸ ਵੇਲੇ ਦੀ ਜਿਹੜੀ ਮਾਹੌਲ ਸੀ ਜਦੋਂ ਉਹਨਾਂ ਦਾ ਜਨਮ ਹੋਇਆ, ਉਸ ਮਾਹੌਲ ਨੂੰ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਉਸ ਕਿਤਾਬ ਦੇ ਵਿੱਚ, ਔਰ ਉਹਦੇ ਵਿੱਚ ਮੈਨੂੰ ਤਾਂ ਪੜ੍ਹ ਕੇ ਹੈਰਾਨੀ ਹੁੰਦੀ ਹੈ। ਮੇਰੀ ਵੈਸੇ ਉਹਨਾਂ ਨਾਲ ਕਾਫੀ ਪੁਰਾਣੀ ਸਾਂਝ ਹੈ ਸੀਗੀ, ਕਿਉਂਕਿ ਮੇਰਾ ਵਿਆਹ 1968 ਵਿੱਚ ਹੋਇਆ ਸੀ, ਔਰ ਉਹ 1968 ਵਿੱਚ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਮੇਰੇ ਵਿਆਹ 'ਤੇ ਆਏ ਸੀ। ਮੇਰੇ ਲਈ ਇਸ ਤੋਂ ਵੱਡਾ ਗਿਫਟ ਕੋਈ ਨਹੀਂ ਹੋ ਸਕਦਾ ਜਿਹੜਾ ਕਿ ਉਹਨਾਂ ਨੇ ਆਪਣੇ ਸ਼ਬਦਾਂ ਨਾਲ ਸਾਰੀ ਉਹਨਾਂ ਨੇ ਹਿਸਟਰੀ ਸੁਣਾਈ ਸੀ ਕਿ ਕਿੱਦਾਂ ਉਹਨਾਂ ਨੇ ਮੂਮੈਂਟ 'ਚ ਪੈਰ ਰੱਖਿਆ, ਕਿੱਦਾਂ ਉਹਨਾਂ ਨੇ, ਅਤੇ ਬੜੇ ਚਿਰ ਤੋਂ ਤਮੰਨਾ ਸੀ ਕਿ ਮੈਂ ਉਹਨਾਂ ਬਾਰੇ ਕੁਛ ਪੜ੍ਹਾਂ, ਉਹਨਾਂ ਬਾਰੇ ਕੁਛ ਜਾਣਾਂ, ਪਰ ਕੁਛ ਨਹੀਂ ਸੀ ਮਿਲਦਾ। ਫਿਰ ਇੱਕ ਦਿਨ ਹਰਦੇਵ ਜੀ ਨੇ, ਡਾਕਟਰ ਹਰਦੇਵ ਜਿਹੜੇ ਇੰਗਲੈਂਡ ਰਹਿੰਦੇ ਨੇ, ਉਹਨਾਂ ਦੇ ਬੇਟੇ ਛੋਟੇ, ਇਹਨਾਂ ਨਾਲ ਫਿਰ ਗੱਲਬਾਤ ਹੋਈ ਅਤੇ ਅਸੀਂ ਇੱਕ ਪ੍ਰਪੋਜ਼ਲ ਬਣਾਈ ਵੀ ਹੋਣਾ ਚਾਹੀਦਾ। ਸੋ ਉਹ ਮੈਂ ਕੰਮ ਕਰ ਰਿਹਾ ਅੱਜ ਕੱਲ੍ਹ, ਪਰ ਬਹੁਤ ਜਲਦੀ ਹੀ ਉਹ ਕਿਤਾਬ ਸਾਡੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੋ ਉਹਨਾਂ ਦੇ ਬੇਟੇ ਡਾਕਟਰ ਹਰਦੇਵ ਜੀ ਨੇ ਇੰਸਪਾਇਰ ਕੀਤਾ ਕਿ ਕੋਈ ਉਹਨਾਂ ਦੀ ਜ਼ਿੰਦਗੀ ਦਾ ਕੋਈ ਸੰਖੇਪ ਜਿਹਾ ਬਿਊਰਾ ਛਾਪ ਕੇ ਲੋਕਾਂ ਦੇ ਸਾਹਮਣੇ ਰੱਖਿਆ, ਜਿਸ ਤੋਂ ਇੰਸਪਾਇਰ ਹੋਏ ਬਲਵੰਤ ਜੀ ਔਰ ਇਹਨਾਂ ਨੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਫਿਰ ਅਨਫੋਲਡ ਹੁੰਦਾ ਗਿਆ, ਇੱਕ ਤੋਂ ਬਾਅਦ ਇੱਕ ਪਰਤ ਖੁੱਲਦੀ ਗਈ ਔਰ ਉਹ ਕਾਫੀ ਇੰਪ੍ਰੈਸਡ ਨੇ ਕਿ ਸ਼ਾਇਦ ਇਹ ਕਿਤਾਬ ਵੀ ਇਨਸਾਫ ਨਾ ਕਰ ਸਕੇ ਉਹਨਾਂ ਦੇ। ਅਸੀਂ ਜਦੋਂ ਹਰਦੇਵ ਜੀ ਨਾਲ ਗੱਲ ਹੋਈ ਸੀ ਤਾਂ ਉਦੋਂ ਇਹ ਸੋਚਿਆ ਸੀ ਵੀ 150-160 ਪੇਜ 170 ਪੇਜ ਬਣਨਗੇ, ਇਸ ਵੇਲੇ 300 ਪੇਜ ਬਣ ਚੁੱਕੇ ਨੇਗੇ ਔਰ ਹਾਲੇ ਵੀ 300-400 ਪੇਜ ਹੋਰ ਉਹਦੇ 'ਚ ਐਡ ਹੋ ਸਕਦੇ ਨੇ, ਇੰਨਾ ਕੁਛ ਉਹਨਾਂ ਦੇ ਬਾਰੇ ਮੈਂ ਲੱਭਿਆ ਆ। ਔਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਜਿੱਦਾਂ ਇਹਨਾਂ ਨੂੰ ਤਸੀਹੇ ਦਿੱਤੇ ਗਏ ਬੰਦੇ ਦੇ ਰੌਂਗਟੇ ਖੜੇ ਕਰ ਦਿੰਦਾ। ਚਲੋ ਇਹ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਉਹ ਕੁਛ ਇਕੱਠਾ ਕੀਤਾ ਜੋ ਲਿਖਤ ਦੇ ਵਿੱਚ ਆ ਚੁੱਕਾ ਸੀ, ਚਾਹੇ ਉਹ ਅਖਬਾਰਾਂ 'ਚ ਸੀ, ਚਾਹੇ ਉਹਨਾਂ ਦੀ ਹੱਥ ਲਿਖਤ ਦੇ ਵਿੱਚ ਸੀ, ਲੇਕਿਨ ਜਿਹੜੀਆਂ ਚੀਜ਼ਾਂ ਉਹਨਾਂ ਦੀ ਕਿਸੇ ਵੀ ਲਿਖਤ 'ਚ ਨਹੀਂ ਹੋਣਗੀਆਂ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਕੁਲਵੰਤ ਸਿੰਘ ਜੀ ਹੋਣਾ ਕੋਲੋਂ ਔਰ ਉਹ ਉਹਨਾਂ ਦੇ ਨਾਲ ਰੂਬਰੂ ਗੱਲਬਾਤ ਕਰਦੇ ਰਹੇ ਨੇ। ਕੁਲਵੰਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਹੀ ਜ਼ਿਕਰ ਕੀਤਾ ਸੀ ਥੋੜ੍ਹੀ ਦੇਰ ਪਹਿਲਾਂ ਜਦੋਂ ਅਸੀਂ ਮਿਲੇ ਸੀ, ਤਾਂ ਤੁਸੀਂ ਉਹਨਾਂ ਦੇ ਬਹੁਤ ਨੇੜੇ ਰਹੇ ਹੋ, ਤੁਹਾਨੂੰ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਯਾਦ ਨੇ ਜਿਹੜੀਆਂ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀਆਂ ਸ਼ਹੀਦ ਆਜ਼ਮ ਭਗਤ ਸਿੰਘ ਹੋਣਾਂ ਨਾਲ ਵੀ ਜੁੜੀਆਂ ਹੋਈਆਂ ਨੇ। ਤੁਸੀਂ ਇਹ ਦੱਸੋ ਕਿ ਤੁਹਾਨੂੰ ਉਹ ਜਾਤੀ ਤੌਰ 'ਤੇ ਜਿਹੋ ਜਿਹੀਆਂ ਗੱਲਾਂ ਦੱਸਦੇ ਸੀ, ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਕਿ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿ ਮੈਂ ਦੱਸਾਂ ਲੋਕਾਂ ਨੂੰ ਕਿ ਮਾਸਟਰ ਕਾਬਲ ਸਿੰਘ ਜੀ ਮੈਨੂੰ ਆਹ ਦੱਸਿਆ ਕਰਦੇ ਸੀ? ਕੋਈ ਸਾਨੂੰ ਸ਼ੌਕ ਸੀ ਉਹਨਾਂ ਦੇ ਜ਼ਿੰਦਗੀ ਤੋਂ, ਉਹਨਾਂ ਦੇ ਕੰਮਾਂ ਤੋਂ ਸੁਣ ਕੇ, ਪਹਿਲਾਂ ਆਮ ਆਪ ਤੋਂ ਸੁਣਦੇ ਰਹੇ, ਪਹਿਲਾਂ ਜੇਲ੍ਹਾਂ ਕੱਢਦੇ ਰਹੇ ਆ ਜਾਂ ਇਹਨਾਂ ਦੇ ਅਤਿਆਚਾਰਾਂ ਦੇ ਸੁਣਦੇ ਸੀ ਨਿੱਕੇ ਨਿੱਕੇ, ਫਿਰ ਜਦੋਂ ਉਹ ਇੱਥੇ ਰਿਹਾਇਸ਼ ਵੀ ਪਿੰਡ ਲੈ ਮੁੰਡਲੀ ਜ਼ਿੰਦਗੀ ਦੇ ਵਿੱਚ, ਫਿਰ ਸਾਨੂੰ ਉਹਨਾਂ ਸੰਗਤ ਕਰਨ ਦਾ ਬਹੁਤ ਮੌਕਾ ਮਿਲਿਆ ਜੀ ਜੀ। ਪਿਆਰ ਸੀ ਉਹਨਾਂ ਦਾ, ਵੱਡਾ ਲੜਕਾ ਮੇਰਾ ਹਾਣੀ ਆ, ਉਹ ਤਾਂ ਬਾਹਰ ਰਹਿੰਦਾ ਸੀ, ਪਰ ਉਹਨੇ ਅਸੀਂ ਰੋਜ਼ ਇੱਕ ਵਾਰ ਸ਼ਾਮ ਨੂੰ ਮਿਲਣਾ, ਜਿੱਦਣ ਕਿਤੇ ਦੋ ਦਿਨ ਨਾ ਆਉਣ, ਵਜ੍ਹਾ ਆਉਣੀ ਤਾਂ ਚੌਕੀਦਾਰ ਨੂੰ ਭੇਜਣਾ ਕਿ ਆਇਆਂ ਨੂੰ ਸਾਨੂੰ ਖਿੱਚਣਾ, ਗਾਲਾਂ ਕੱਢਣੀਆਂ। ਹੁਣ ਮੈਂ ਕੋਈ ਸਾਡੇ ਲਈ ਪਹਿਲਾਂ ਨੌਕਰ ਰੱਖਾਂ ਤੁਹਾਨੂੰ ਸੱਦਣ ਨੂੰ, ਇੱਦਾਂ ਪਿਆਰ ਕਰ ਰਹੇ ਸੀ ਉਹਨਾਂ ਦੀ ਲਾਈਫ ਤੋਂ, ਅਸੀਂ ਜਿਹੜੀਆਂ ਸੁਣੀਆਂ ਸੀ ਗੱਲਾਂ ਸੀ ਆਪ ਉਹਨਾਂ ਨੂੰ ਪੁੱਛਣ ਨੂੰ, ਜਦੋਂ ਉਹਨੇ ਜ਼ਿੰਦਗੀ ਸ਼ੁਰੂ ਕੀਤੀ ਹੈ ਤਾਂ ਵੱਡੋਂ ਪੜ੍ਹਾਉਣ ਜਾ ਕੇ ਲੱਗੇ, ਪਹਿਲਾਂ ਜੇ ਬੀ ਟੀ ਕਰਕੇ ਟੀਚਰ ਬਣ ਕੇ ਵੱਡੋਂ ਪੜ੍ਹਾਉਣ ਲੱਗੇ, ਤਾਂ ਉੱਥੇ ਦੇ ਹੈਡਮਾਸਟਰ ਨੇ ਉਹਨਾਂ ਨੂੰ 10ਵੇਂ ਪਾਤਸ਼ਾਹ ਜੀ ਸਵਾਨੇ ਉਹਦੀ ਲਿਖੀ ਉਹ ਦੌਲਤ ਰਾਏ ਦੀ ਉਹ ਦਿੱਤੀ ਵੀ ਤੁਸੀਂ ਆਹ ਪੜ੍ਹੋ। ਮਹਾਰਸ਼ੀ ਨੇ ਜਦੋਂ ਉਹ ਪੜ੍ਹੀ ਉਹ ਦੱਸਦੇ ਵੀ ਆਪਣੀ ਜਵਾਨੀ ਦੱਸਦੇ ਸੀ, ਕਹਿੰਦੇ ਜਦੋਂ ਅਸੀਂ ਪੜ੍ਹਦੇ ਗਏ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਗਏ ਤਾਂ ਮਰਨ ਮਿੱਟੀ ਚੜ ਗਏ, ਵੀ ਸਾਡਾ ਦੇਸ਼ ਗੁਲਾਮ ਅਸੀਂ ਦੇ ਵਾਸੀ ਮਹਾਰਾਜ ਦਸਵੀਂ ਪਾਤਸ਼ਾਹ ਦੇ ਪੁੱਤਰ, ਸਾਰੀ ਉਹ ਲਾਈਫ ਤੋਂ ਕਹਿੰਦੇ ਇਹਨੇ
ਪ੍ਰਭਾਵਿਤ ਹੋਏ ਉਹਨਾਂ ਦਿਨਾਂ ਦੇ ਵਿੱਚ ਹੀ ਨਨਕਾਣਾ ਸਾਹਿਬ ਮੋਰਚਾ ਲੱਗਾ ਤਾਂ ਉੱਥੇ ਸਿੰਘਾਂ ਦੀਆਂ ਸ਼ਹੀਦੀਆਂ ਹੋ ਗਈਆਂ ਬਸ ਉਹ ਦੇਖ ਕੇ ਉਹਨਾਂ ਦੇ ਨੌਕਰੀਆਂ ਨੁਕਰੀਆਂ ਛੱਡਤੀਆਂ ਸਰਵਿਸਾਂ ਛੱਡਤੀਆਂ ਜਾ ਕੇ ਉੱਥੇ ਨਨਕਾਣਾ ਸਾਹਿਬ ਚਲੇ ਗਏ ਉੱਥੇ ਜਾ ਕੇ ਉੱਥੇ ਦੀ ਜਿਹੜੀ ਪਬਲਿਕ ਜਿਹੜੀ ਆ ਉੱਥੇ ਦੀ ਸੰਬੰਧ ਪ੍ਰੋਗਰਾਮ ਦੀ ਸਾਰੀ ਉਹਨੇ ਸੇਵਾ ਕੀਤੀ ਉਹ ਤੋਂ ਬਾਅਦ ਉਹਨੇ ਆਪਣੀ ਜ਼ਿੰਦਗੀ ਦਾ ਫਿਰ ਦਲੇ ਪਾਸ ਸਾਰਾ ਸੰਘਰਸ਼ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਸੁਣਨ ਤਾਂ ਲੱਗੇ ਰਹੀਏ ਦੋ ਦਿਨ ਤਾਂ ਵੀ ਨਹੀਂ ਮੁੱਕਣਾ ਆਇਆ ਜੋ ਨਹੀਂ ਕੀਤਾ ਉਹਨਾਂ ਨੂੰ ਸੁਣਦੇ ਰਹੇ ਫਿਰ 22 ਸਾਲ ਜੇਲ੍ਹ ਸੀ ਉਹਨਾਂ ਨੇ ਤੁਹਾਡੇ ਘਰ 'ਚ ਇਹ ਲੱਗਦਾ ਸਰਦਾਰ ਕੁਲਵੰਤ ਸਿੰਘ ਜੀ ਕਿ ਜਦੋਂ ਉਹਨਾਂ ਨੇ ਦਸਵੇਂ ਪਾਤਸ਼ਾਹੀ ਬਾਰੇ ਜਿਹੜੀ ਦੌਲਤ ਰਾਏ ਦੀ ਲਿਖੀ ਹੋਈ ਕਿਤਾਬ ਆ ਉਹ ਪੜ੍ਹੀ ਤਾਂ ਉਹਦੇ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋਏ ਅਤੇ ਉਹ ਇਸ ਪਾਸੇ ਵੱਲ ਨੂੰ ਕਿ ਦੇਸ਼ ਭਗਤੀ ਦਾ ਜਜ਼ਬਾ ਉਹਨਾਂ ਦੇ ਵਿੱਚ ਉਸ ਕਿਤਾਬ ਤੋਂ ਤੁਹਾਨੂੰ ਲੱਗਦਾ ਆਇਆ ਸੀ ਉਸ ਕਿਤਾਬ ਤੋਂ ਭਰਿਆ ਜੀ ਆਪ ਦੱਸ ਦੇਣਾ ਸੀ ਬਹੁਤ ਦਿਨ ਤੋਂ ਬਾਅਦ ਮੈਨੂੰ ਕੋਈ ਦੱਸਿਆ ਨਹੀਂ ਕੁਛ ਕੋਈ ਬੜੀ ਤੋਂ ਬੜੀ ਮੁਸੀਬਤ ਮੈਂ ਹਰ ਵੇਲੇ ਸਿਰ 'ਤੇ ਰਹਿਣ ਨੂੰ ਤਿਆਰ ਰਹਿੰਦਾ ਸੀ ਔਰ ਲਈਆਂ ਵੀ ਨਹੀਂ ਹੋਰ ਕੋਈ ਐਸੀ ਯਾਦ ਦੱਸੋ ਜਿਹੜੀ ਉਹ ਆਪਣੇ ਸਾਥੀਆਂ ਦੇ ਨਾਲ ਤੁਹਾਡੇ ਕੋਈ ਸਾਂਝੀ ਕਰ ਬਈ ਮੈਂ ਫਲਾਣੇ ਗਦਰੀ ਨੂੰ ਜਾਂ ਫਲਾਣੇ ਨੇਤਾ ਨੂੰ ਜਾਂ ਫਲਾਣੇ ਜਿਹੜੇ ਹੁਣ ਸ਼ਹੀਦ ਹੋ ਚੁੱਕੇ ਉਹਨਾਂ ਨੂੰ ਮਿਲਦਾ ਰਿਹਾ ਸੀ ਅਤੇ ਉਹਨਾਂ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਸੀ ਤੁਹਾਨੂੰ ਕੋਈ ਉਹਨਾਂ ਨੇ ਸੁਣਾਈ ਜ਼ਬਾਨੀ ਹਾਂਜੀ ਬਹੁਤ ਸਾਰੀਆਂ ਸੁਣਾਈਆਂ ਰਤਨ ਸਿੰਘ ਬਵਰ ਹੁੰਦਾ ਸੀ ਰੱਖਣਾ ਰਤਨ ਸਿੰਘ ਬਵਰ ਜੀ ਰਤਨ ਸਿੰਘ ਬਵਰ ਇੱਥੇ ਆ ਕੇ ਪਿੰਡ ਰਹਿੰਦਾ ਰਿਹਾ ਸਾਨੂੰ ਦੱਸ ਦਿੰਦੇ ਸੀ ਉਹਨੂੰ ਰਾਤ ਨੂੰ ਬਾਅਦ ਆਲੇ ਦੁਆਲੇ ਉਸ ਵੇਲੇ ਹਾਲਾਤ ਇੱਦਾਂ ਦੇ ਜ਼ਮੀਨਾਂ ਬੇਵਾਦ ਨੇ ਜੰਗਲ ਜਿਹਾ ਪਏ ਹੁੰਦੇ ਸੀ ਆਲੇ ਦੁਆਲੇ ਖੜ੍ਹੇ ਉੱਥੇ ਰਾਤ ਨੂੰ ਉਹਨੂੰ ਰੋਟੀ ਦੇਣ ਜਾਣਾ ਉੱਥੇ ਰਹਿਣਾ ਹੁਣ ਸਾਰਾ ਸਾਰੀ ਸਕੀਮ ਬਣਾਉਣੀ ਜੋ ਅਸਲੇ ਉਸਲੇ ਪਹੁੰਚਾਉਣੇ ਕਰਨੇ ਪਿੰਡ ਰੱਖਦੇ ਰਤਨ ਸਿੰਘ ਬਵਰ ਨੂੰ ਸਾਡੇ ਨਾਲੇ ਹੈ 3 ਮੀਲ 'ਤੇ ਪਿੰਡ ਹੈ ਧੰਨਾ ਸਿੰਘ ਬਹਿਲਪੁਰੀ ਦਾ ਜਿਹੜਾ ਬਵਰ ਸੀ ਉਹਨਾਂ ਨੇ ਸੰਬੰਧ ਇੱਦਾਂ ਹੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਚਲਾਉਂਦੇ ਸੀ ਹਰ ਸਪੋਰਟ ਕਰਦੇ ਸੀ ਉਹ ਦੱਸਦੇ ਸੀ ਬਹੁਤ ਲੰਬੀ ਕਹਾਣੀ ਆ ਉਹ ਸੁਣ ਕੇ ਤਾਂ ਤੁਸੀਂ ਹੁਣ ਵੀ ਜਿੱਦਾਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬੱਚਿਆਂ ਨੂੰ ਸ਼ਹੀਦ ਕਰਾ ਕੇ ਖੁਸ਼ੀਆਂ ਮਨਾਈਆਂ ਉੱਦਾਂ ਦੇ ਜਿਸ ਤਰ੍ਹਾਂ ਦੀਆਂ ਗੱਲਾਂ ਇਹਦੀ ਗੱਲ ਸੁਣਾਉਣੀ ਸਾਨੂੰ ਉਹਨੇ ਜਵਾਨੀ ਸੁਣੀ ਵੀ ਉਹ ਤਿੰਨਾਂ ਸੌ ਬਹਿਲਪੁਰੋਂ ਨੇ ਐਲਾਨ ਕੀਤਾ ਸੀ ਮੈਨੂੰ ਜੀਂਦੇ ਨੂੰ ਕੁਖੜ ਨਹੀਂ ਸਕਦਾ ਅੱਛਾ ਉਹਨੇ ਐਲਾਨ ਕੀਤਾ ਸੀ ਤਾਂ ਉਹਨੂੰ ਉਸ ਵੇਲੇ ਮੁਕਬਰ ਨੇ ਲੰਬੜਦਾਰ ਨੇ ਮੁਕਬਰੀ ਕਰਾ ਕੇ ਘਰ ਛੱਡ ਕੇ ਫੜਾਤਾ ਮਾਸੀ ਨੇ ਦੱਸਿਆ ਤਾਂ ਕਹਿੰਦੇ ਜਿਹੜੇ ਫੜਾਇਆ ਪੁਲਿਸ ਆਈ ਹੁਸ਼ਿਆਰਪੁਰੋਂ ਮਾਲਪੁਰੋਂ ਸਾਰੀ ਇਕੱਠੀ ਕਰ ਲਏ ਪਿੰਡ ਸਾਰਾ ਉਹ ਘੇਰ ਲਿਆ ਪਿੰਡ ਘੇਰ ਤਾਂ ਉਹਨੂੰ ਜਿਸ ਵੇਲੇ ਤਾਂ ਉਹ ਸੁੱਤੇ ਪਿਆ ਸੀ ਉਹਦੇ ਕਿਤੇ ਅੰਦਰ ਪਿਆ ਸਾ ਰਹਿੰਦੇ ਨੱਠ ਪਾਈ ਰਹਿੰਦੀ ਸ਼ਰਾਬ ਕੇ ਦਿਨ ਕਿਤੇ ਸੁੱਤੇ ਪਏ ਨੂੰ ਪੁਲਿਸ ਨੇ ਚੌਂ ਪਾਸਿਆਂ ਦੇ ਘੇਰ ਕੇ ਦੇਖਿਆ ਫਿਰ ਸੁੱਤਾ ਪਿਆ ਉਹ ਪੁਲਿਸ ਦੇ 4 ਬੰਦੇ ਬਹੁਤ ਸਲੋਅ ਪੌੜੀਆਂ ਲਾ ਕੇ ਅੰਦਰ 'ਚ ਉਤਰ ਗਏ ਅੰਦਰ ਉਤਰ ਕੇ ਜਾ ਕੇ ਉਹਨੇ ਜਾ ਕੇ ਉਹਨੂੰ ਦੰਨਾ ਸੁਣ ਬਹਿ ਤੂੰ ਦੱਬ ਲਿਆ ਜੇ ਦੱਬਿਆ ਉਹਦੀ ਆਹ ਖੁੱਲ੍ਹੀ ਤਾਂ ਹੁਣ ਜਿਹੜੇ ਦੇਖਿਆ ਫਿਰ ਪੁਲਿਸ ਵਾਲਾ ਤਾਂ ਮਾਰੀ ਉੱਥੋਂ ਛਾਲ ਦੱਸ ਦੂੰ ਆਪਣੀ ਦੱਸਿਓ ਗੱਲ ਮਾਰਿਆ ਜਿਹੜੇ ਇਹਦਾ ਹੱਥ ਫਿਰ 4 ਮਾਰੇ ਚਾਪੇ ਉਹਨੇ ਕਿਹਾ ਪੁਲਿਸ ਵਾਲਾ ਨੱਠੇ ਅਤੇ ਜਾ ਕੇ ਮੈਂ ਬਗਲ ਦੇ ਵਿੱਚੋਂ ਚੜ੍ਹ ਕੇ ਛਾਲ ਮਾਰ ਕੇ ਨਿਕਲ ਜਾਵਾਂ ਪਰ ਨਿਕਲਣਾ ਕਿੱਥੇ ਸੀ ਉੱਥੇ ਬਗਲ ਥੋੜ੍ਹਾ ਉੱਚਾ ਸਾ ਛਾਲ ਮਾਰੀ ਹੱਥ ਪਾਈ ਲੱਤਾਂ 'ਚ ਫੜ ਕੇ ਸਿੱਟ ਗਿਆ ਸਿੱਟ ਕੇ ਕਹਿੰਦੇ ਸਿੱਟ ਕੇ ਉੱਥੇ ਰਾਤ ਉਹਨੇ ਉੱਥੇ ਪਾਇਆ ਜਿਹੜੇ ਹੱਥ ਸੀ ਉਹਨਾਂ ਦੇ ਪਾਵਿਆਂ ਥੱਲੇ ਦੇ ਲਿਆ ਪੁਲਿਸ 2-4 ਚਿਰ ਬਹਿ ਗਿਆ ਉੱਥੇ ਸਾਰੀ ਰਾਤ ਰੱਖੀ ਉੱਥੇ ਸਵੇਰ ਨੂੰ ਜਿਹੜੇ ਐਸ ਪੀ ਆਇਆ ਹੁਸ਼ਿਆਰਪੁਰ ਦਾ ਉੱਥੇ ਸਵੀਰ ਨੇ ਫਿਰ ਆਇਆ ਉਹਨਾਂ ਦੇ ਚਲਾਉਣ ਚੱਲ ਕੇ ਫੜ ਕੇ ਤਾਂ ਦੰਨਾ ਸਿੰਘ ਨੂੰ ਕਹਿੰਦਾ ਦੰਨਾ ਸਿੰਘ ਆਹ ਬੋਲਤਾ ਥਾ ਜੀਤਾ ਨਹੀਂ ਪਕੜਾ ਜਾਏਗਾ ਜੇ ਤੁਸੀਂ ਇਹ ਦੱਸੋ ਕਿ ਬਿਲਕੁਲ ਇੱਥੋਂ ਥੋੜ੍ਹੀ ਦੂਰੀ 'ਤੇ ਖਟਖੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਪਿੰਡ ਹੈ ਕੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਵੀ ਉਹਨਾਂ ਦੀਆਂ ਕੋਈ ਯਾਦਾਂ ਐਸੀਆਂ ਹਨ ਜਿਹੜੀਆਂ ਉਹਨਾਂ ਨੇ ਤੁਹਾਨੂੰ ਸੁਣਾਈਆਂ ਹੋਣ ਹਾਂਜੀ ਉਹਨਾਂ ਨਾਲ ਦੀਆਂ ਯਾਦਾਂ ਵੀ ਸਾਨੂੰ ਸੁਣਾਈਆਂ ਜੀ ਕਈ ਤਾਂ ਜੇਲ੍ਹ ਦੀਆਂ ਸੁਣਾਈਆਂ ਉਹਨੇ ਮੀਆਂ ਪਰ ਜੇਲ੍ਹ ਵਿੱਚ ਗਈ ਇਸ ਵੇਲੇ ਸ਼ਹੀਦ ਭਗਤ ਸਿੰਘ ਉੱਥੇ ਸੀਗਾ ਤਾਂ ਉਹਨੇ ਮਾਂ ਸੁਣੀ ਪਹਿਲਾਂ ਬਣਾਈ ਅਤੇ ਉਹਨੂੰ ਬਾਹਰ ਕੱਢੀਏ ਉਹ ਇੱਕ ਲੰਬੀ ਸਟੋਰੀ ਆ ਉਹਨੂੰ ਬਾਹਰ ਕੱਢਣ ਲਈ ਸੋਚਿਆ ਭਗਤ ਸਿੰਘ ਨੇ ਉਸ ਵੇਲੇ ਭੁੱਖਤਾ ਰੱਖੀ ਹੋਈ ਸੀ ਰਾਜਵੀਰ ਸੁਖਦੇਵ ਨੇ ਵੀ ਰੱਖੀ ਹੋਈ ਸੀ ਉੱਧਰ ਸੀ ਇੱਥੇ ਸੀਗਾ ਠੀਕ ਹੈ ਦੱਤ ਹੋਣੀ ਤਾਂ ਉਹ ਭੁੱਖੜਤਾਲ ਦੇ ਵਿੱਚ ਨਹੀਂ ਰਾਤ ਨੂੰ ਮੀਟਿੰਗ ਕਿਤੇ ਕਰਕੇ ਆਪਣੇ ਢੰਗ ਨਾਲ ਉਹਨੂੰ ਭਗਤ ਸਿੰਘ ਨੂੰ ਕਿਹਾ ਵੀ ਤੈਨੂੰ ਅਸੀਂ ਬਾਹਰ ਕੱਢਣਾ ਤੂੰ ਦੁੱਧ ਪੀਆ ਕਰ ਥੋੜ੍ਹਾ ਜਿਹਾ ਭਗਤ ਸਿੰਘ ਕਹਿੰਦਾ ਮੰਨ ਗਿਆ ਉਸ ਵੇਲੇ ਕਹਿੰਦਾ ਠੀਕ ਆ ਇਹਨੇ ਉਹ ਪ੍ਰੋਗਰਾਮ ਬਣਾ ਕੇ ਉਹ ਆਪਣੀ ਜੇਲ੍ਹ ਦੀ ਉਹ ਗੇਟ ਕੱਟਣ ਲਈ ਆਰੀਆਂ ਵੀ ਮੰਗਾ ਲਈਆਂ ਸਾਰਾ ਬੰਦੋਬਸਤ ਕਰ ਲਿਆ ਰੱਸੀਆਂ ਵੀ ਮੰਗਾ ਲਈਆਂ ਜਿਹੜੇ ਬਾਂਸਾਂ ਨਾਲ ਬੰਨ ਕੇ ਪੌੜੀ ਬਣਾ ਕੇ ਬਾਹਰ ਕੱਢਣਾ ਤਾ ਉਹ ਪ੍ਰੋਗਰਾਮ ਨਹੀਂ ਕਬ ਤੱਕ ਕੀਤਾ ਤਿੰਨਾਂ ਚੌਂਦਾਂ ਹਫ਼ਤੇ ਤਿਆਰ ਕੀਤਾ ਤਾਂ ਫਿਰ ਭਗਤ ਸਿੰਘ ਕੋਲ ਫਿਰ ਮੁਲਾਕਾਤ ਕੀਤੀ ਜੇਲ੍ਹ ਦੇ ਵਿੱਚ ਹੀ ਉਹ ਕਹਿੰਦੇ ਭਗਤ ਸਿੰਘ ਵੀ ਹੁਣ ਤੈਨੂੰ ਅਸੀਂ ਬਾਹਰ ਕੱਢਣਾ ਵੀ ਤੂੰ ਜਾ ਕੇ ਬਾਹਰ ਇਹਨੂੰ ਬਣਾਈ ਸਾਰੀ ਤਾਂ ਭਗਤ ਸਿੰਘ ਨੇ ਕਿਹਾ ਵੀ ਦੁੱਧ ਪੀਣਾ ਉਹਨਾਂ ਦਾ ਕਹਿੰਦਾ ਮੈਨੂੰ ਰਹਿਣ ਦਿਓ ਮਾਸਟਰ ਜੀ ਹੁਣ ਮੈਂ ਮੇਰੇ ਮਿੱਤਰ ਮੇਰੇ ਮਸ਼ਹੂਰ ਜਿਹੜੇ ਹੈਗੇ ਆ ਉਹਨੇ ਮੇਰਾ ਨਾਰਾਜ਼ ਹੋ ਜਾਣਾ ਮੇਰੇ ਭਰਾਵਾਂ ਦਾ ਭਰਾ ਹੋ ਗਿਆ ਜੇਲ੍ਹ ਬ੍ਰੇਕ ਕਰਨ ਤੋਂ ਨਾ ਕਰਤੀ ਨਾ ਕਰੋ ਇਹ ਉਹਨਾਂ ਦੇ ਨਾਲ ਬੀਤੀਆਂ ਸਕੀਮ ਬਣਾਈ ਸੀ ਕਰਨ ਦੀ ਮਾਸਟਰ ਨਹੀਂ ਬਣਾਈ ਸੀ ਕੋਈ ਉਸ ਤੋਂ ਪਹਿਲਾਂ ਦੀ ਕੋਈ ਪਹਿਲਾਂ ਦੀਆਂ ਗੱਲਾਂ ਜੀ ਇੱਥੇ ਪਹਿਲਾਂ ਜਿਹੜੇ ਹਜੇ ਸਟਾਰਟ ਨਹੀਂ ਕੀਤੀ ਇਹਨੇ ਉਸ ਵੇਲੇ ਇਹਨੇ ਮੀਟਿੰਗ ਨਹੀਂ ਜਿੰਦਰ ਰੱਖੀ ਬਾਬੂ ਲਵ ਸੋਣੀ ਮਾਸਟਰ ਕਾਲ ਸੋਣੀ ਗੋਪਾਲ ਸਿੰਘ ਕੌਮੀ ਹੋਣੀ ਸਾਰੇ ਬੰਦੇ ਸੀਨੀਅਰ ਉਸ ਵੇਲੇ ਜਿੰਦਰ ਇਕੱਠੇ ਹੋਏ ਭਗਤ ਸਿੰਘ ਉਹਦੇ ਪੇਸ਼ਗਾ ਭਗਤ ਸਿੰਘ ਨੇ ਇਹਨੇ ਉਸ ਵੇਲੇ ਕੋਈ ਆਪਣਾ ਪ੍ਰੋਗਰਾਮ ਸਾਰਾ ਬਣਾ ਕੇ ਤਾਂ ਲੱਗੇ ਉੱਠਣ ਤਾਂ ਭਗਤ ਸਿੰਘ ਨੇ ਮਾਸਟਰ ਨੂੰ ਭਗਤ ਸਿੰਘ ਨੇ ਕੋਈ ਬਹੁਤੀ ਸਲਾਹ ਨਾ ਪੁੱਛੀ ਉਹਦੇ ਵਿੱਚ
ਜਿੱਦਾਂ ਕਈ ਵਾਰੀ ਛੋਟੇ ਭਰਾ ਦੀ ਜਾਂ ਬੜੇ ਨੂੰ ਕਹੀਦਾ ਵੀ ਠੀਕ ਹੈ ਸਾਡੇ ਨਾਲ ਹੀ ਆ, ਭਗਤ ਸਿੰਘ ਨੇ ਮਹਿਸੂਸ ਕੀਤਾ ਆਪਣੇ ਤੌਰ 'ਤੇ ਹੀ ਵੀ ਮੇਰੇ 'ਤੇ ਸ਼ਾਇਦ ਕੁਛ ਸ਼ੱਕ ਕਰਦੇ ਆ, ਮੈਨੂੰ ਇੰਨੀ ਹਾਂ ਨਾਮ ਹੀ ਲਈ ਹੈ। ਭਗਤ ਸਿੰਘ ਕਹਿੰਦਾ ਮਾਸਟਰ ਜੀ ਮੇਰੇ 'ਤੇ ਕੁਛ ਸ਼ੱਕ ਵਾ, ਮਾਸਟਰ ਜੀ ਸਾਨੂੰ ਆਪ ਸੁਣਾ ਸ਼ੁਰੂ ਕਰ ਲਿਆ ਕੁਛ ਸ਼ੱਕ ਵਾ। ਮਾਸਟਰ ਜੀ ਕਹਿੰਦੇ ਮੈਂ ਉਹਦੇ ਨੂੰ ਦੇਖਿਆ ਤਾਂ ਮੈਂ ਹਾਂ ਨਾ ਪੁੱਛਣਾ ਕਹੀ ਵੀ ਕੀ ਕਹਿੰਦਾ ਇਹ। ਜਦ ਨੂੰ ਕਹਿੰਦੇ ਕਿ ਦੂਜੀ ਵਾਰੀ ਫਿਰ ਕਹਿੰਦੇ ਸ਼ੱਕ ਵਾ ਤਾਂ ਆਇਆ ਉੱਥੇ ਮੂਹਰੇ ਹੋਇਆ ਤੇਲ ਦੇ ਵਿੱਚ ਪਕੌੜੇ ਪੱਕਦੇ ਆ, ਉਹ ਤੇਲ ਦੇ ਵਿੱਚ ਮੇਰਾ ਹੱਥ ਦੇ ਜਿਹਦਾ ਮੇਰੇ ਮੱਥੇ ਤਿੜੀ ਪੈ ਗਈ, ਫਿਰ ਮੈਂ ਕੱਚਾ ਜੇ ਨਾ ਪਈ ਤਾਂ ਫਿਰ ਪੱਕਾ ਠੀਕ ਆ। ਮਾਸਟਰ ਜੀ ਕਹਿੰਦੇ ਫਿਰ ਮੈਂ ਦੇਖਿਆ ਤਾਂ ਮੈਂ ਹਾਂ ਨਾ ਨਹੀਂ ਕੁਛ ਵੀ ਕਹੀ ਵੀ ਕੀ ਗੱਲ। ਕਹਿੰਦੇ ਮੈਂ ਜਾ ਕੇ ਉੱਥੇ ਪੂਰੇ ਮੂਹਰੇ ਸਟੂਲਾਂ ਤੋਂ ਉਹਦੇ ਬਹਿ ਗਿਆ, ਉਹਨੂੰ ਕਿਹਾ ਵੀ ਦੋ ਕੱਪ ਚਾਹ ਦੇ ਬਣਾ, ਦੋ ਕੱਪ ਚਾਹ ਦੇ ਉਹ ਰੱਖ ਦਿੱਤੇ। ਹੁਣ ਤਾਂ ਕਹਿੰਦਾ ਫਿਰ ਜਿਸ ਵੇਲੇ ਤੇਲ ਤਾਂ ਉਬਲਦਾ ਹੀ ਸੀਗਾ, ਹੁਣ ਭਗਤ ਸਿੰਘ ਨੇ ਇੱਦਾਂ ਮੁੰਡੇ 'ਚ ਮੁੰਡਾ ਮਾਰਿਆ ਪਏ ਦੇ ਹੱਥ ਮੇਰਾ ਵਿੱਚ। ਮਾਸਟਰ ਜੀ ਕਹਿੰਦੇ ਮੈਂ ਫਿਰ ਜਾਣ ਕੇ ਧਿਆਨ ਨਾ ਦਿੱਤਾ, ਦੂਜੀ ਵਾਰੀ ਉਹਨੇ ਫਿਰ ਅੱਗੇ ਮੇਰੇ ਨਾਲ ਲੱਗ ਕੇ ਇੱਦਾਂ ਹੱਥ ਲਾਇਆ ਪਏ ਦੇਹ ਵਿੱਚ, ਮੈਂ ਦੂਜੇ ਪਾਸੇ ਗੱਲ ਕਰੀ ਜਾਂ ਮਾਸਟਰ ਜੀ ਕਹਿੰਦੇ ਮੈਂ ਦੇਖ ਦਿੰਦਾ ਕਰਦਾ ਕਿਹੜੀ ਹਰਕਤ ਕੀ ਆ। ਤੀਜੀ ਵਾਰੀ ਕਹਿੰਦੇ ਉੱਠ ਕੇ ਮੇਰੇ ਹੱਥ ਆ ਦੇ, ਕਹਿੰਦੇ ਲੈ ਦੇਹ ਵਿੱਚ ਹੁਣ ਤੇਲ 'ਚ ਪਾ ਦੇ ਦੇਹ ਹੁਣ। ਮੈਂ ਬਾਕੀ ਵੀ ਦੇਖਣ ਲੱਗ ਪਿਆ ਕਿਆ ਦੇ, ਕਹਿੰਦੇ ਮੈਂ ਕੋਈ ਜੱਫੀ ਪਾ ਰਹੀ ਭਗਤ ਸਿੰਘ ਸਾਡੇ ਮਨ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਾ, ਨਾ ਕੋਈ ਤੇਰੇ ਮਨ 'ਚ ਕਿੱਦਾਂ ਆ ਗਈ ਉਦੋਂ ਛੋਟੇ ਹੋਣੇ, ਉਦੋਂ ਮਾਸਟਰਾਂ ਥੋੜ੍ਹੇ ਛੋਟੇ ਸੀਗੇ ਛੋਟਾ। ਹਾਂਜੀ ਤਾਂ ਉਹ ਕਹਿੰਦੇ ਵੀ ਮੈਂ ਇਹ ਅਨੁਭਵ ਕੀਤਾ, ਤੁਸੀਂ ਮੈਨੂੰ ਪੁੱਛਿਆ ਕੱਖ ਨਹੀਂ, ਕਹਿੰਦੇ ਤੈਨੂੰ ਕਿਆ ਪੁੱਛਣਾ, ਜਾਂ ਇਕੱਠੀਆਂ ਜੀ ਸਾਡਾ ਭਰਾ ਹਾਂ ਤੂੰ, ਇਹੋ ਜਿਹਾ ਸੰਬੰਧ ਉਹਨਾਂ ਦੇ ਭਗਤ ਸਿੰਘ ਨਾਲ ਸੀ। ਸੋ ਡਾਕਟਰ ਹਰਦੇਵ ਸਿੰਘ ਜੀ, ਹੁਣ ਜਦੋਂ ਤੁਸੀਂ ਆਪਣੇ ਪਿਤਾ ਜੀ ਦੀਆਂ ਗੱਲਾਂ ਸੁਣ ਰਹੇ ਹੋ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਹੋਣੀਆਂ ਆਪਣੇ ਤੁਸੀਂ ਬੜੇ ਛੋਟੇ ਹੁੰਦੇ ਹੋਵੋਗੇ ਉਸ ਟਾਈਮ ਦੇ ਉੱਤੇ, ਕੁਛ ਜਜ਼ਬਾਤੀ ਵੀ ਹੋ ਜਾਂਦਾ ਇਨਸਾਨ ਜਦੋਂ ਆਪਣੇ ਬਜ਼ੁਰਗਾਂ ਦੇ ਬਾਰੇ 'ਚ ਆਪਣੇ ਪਿਤਾ ਜੀ ਦੇ ਬਾਰੇ 'ਚ ਗੱਲਬਾਤ ਚੱਲਦੀ ਹੋਵੇ। ਤੁਸੀਂ ਕਿੱਦਾਂ ਫੀਲ ਕਰਦੇ ਹੋ ਹੁਣ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਇਸ ਟਾਈਮ 'ਤੇ ਜਦੋਂ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ, ਅਤੇ ਤੁਹਾਡੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਉਹ ਕਿਸ ਤਰ੍ਹਾਂ ਤੁਹਾਨੂੰ ਯਾਦ ਆ ਰਿਹਾ ਕਿ ਜਦੋਂ ਆਪਣੇ ਪਿਤਾ ਜੀ ਦੇ ਨਾਲ ਤੁਸੀਂ ਮੇਲ ਮਿਲਾਪ ਵਿੱਚ ਰਹਿੰਦੇ ਸੀ ਤਾਂ ਤੁਹਾਨੂੰ ਕੀ ਲੱਗਦਾ ਹੁੰਦਾ ਸੀ? ਸੋ ਇਹ ਹੈ ਇਨਸਾਨੀ ਹਿਰਦਾ, ਇਨਸਾਨ ਇਨਸਾਨ ਦੇ ਅੰਦਰਲੀ ਮਾਨਵਤਾ, ਇਨਸਾਨ ਦੇ ਅੰਦਰਲੀ ਰੂਹ, ਜਦੋਂ ਉਹਦੇ ਉੱਤੇ ਇਫੈਕਟ ਹੁੰਦਾ, ਜਦੋਂ ਉਹਨੂੰ ਕੋਈ ਯਾਦ ਆਉਂਦਾ ਤਾਂ ਫਿਰ ਉਹ ਕਿਸ ਤਰ੍ਹਾਂ ਰਿਐਕਟ ਕਰਦੀ ਹੈ। ਅਸੀਂ ਡਾਕਟਰ ਗੁਰਦੇਵ ਸਿੰਘ ਜੀ ਦੇ ਫੇਸ ਤੋਂ ਦੇਖ ਰਹੇ ਹਾਂ ਕਿ ਉਹ ਸਾਡੀਆਂ ਗੱਲਾਂ ਨੂੰ ਸੁਣ ਸੁਣ ਕੇ, ਉਹਨਾਂ ਦੇ ਪਿਤਾ ਜੀ ਦੀ ਪੁਰਾਣੀ ਯਾਦ ਨੂੰ ਸੁਣ ਸੁਣ ਕੇ ਜਜ਼ਬਾਤੀ ਹੋ ਗਏ ਸਨ, ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਦੇਖੇ ਨੇ ਅਸੀਂ। ਪਰ ਫਿਰ ਵੀ ਅਸੀਂ ਉਹਨਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਔਰ ਉਹਨਾਂ ਤੋਂ ਉਮੀਦ ਰੱਖਾਂਗੇ ਕਿ ਉਹ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਂਦੇ ਹੋਏ, ਥੋੜ੍ਹਾ ਜਿਹਾ ਜ਼ਾਬਤੇ 'ਚ ਰਹਿੰਦੇ ਹੋਏ ਸਾਨੂੰ ਉਹ ਸਾਰੀਆਂ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰਨ ਜਿਹੜੀਆਂ ਉਹਨਾਂ ਦੇ ਮਨ 'ਚ ਨੇ, ਜਿਹੜੀਆਂ ਉਹਨਾਂ ਦੀਆਂ ਜੁੜੀਆਂ ਹੋਈਆਂ ਯਾਦਾਂ ਨੇ। ਕਿਉਂਕਿ ਅਸੀਂ ਇੱਕ ਐਸਾ ਰਿਕਾਰਡ ਬਣਾਉਣਾ ਚਾਹੁੰਦੇ ਹਾਂ ਜਿਹਦੇ ਵਿੱਚ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਆ ਜਾਣ ਜਿਹੜੀਆਂ ਲਿਖਤ ਦੇ ਵਿੱਚ ਨਹੀਂ ਆ ਸਕੀਆਂ। ਡਾਕਟਰ ਸਾਹਿਬ, ਤੁਸੀਂ ਮੈਂ ਦੇਖ ਰਿਹਾ ਕਿ ਤੁਸੀਂ ਬਹੁਤ ਜਜ਼ਬਾਤੀ ਹੋ ਗਏ ਸੀ, ਤੁਸੀਂ ਜਿਸ ਵੀ ਭਾਵਨਾ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸੋ, ਤੁਸੀਂ ਆਪਣੀਆਂ ਜੁੜੀਆਂ ਹੋਈਆਂ ਯਾਦਾਂ ਨੂੰ ਸਾਡੇ ਨਾਲ ਸਾਂਝੀਆਂ ਕਰੋ। ਮੈਂ ਗੱਲ ਦੱਸ ਸਕਦਾ, ਮੈਂ ਸਕੂਲੇ ਸੀਗੇ, ਜਲੰਧਰ ਰਹਿੰਦੇ ਸੀ ਅਤੇ ਘਰ ਵਿੱਚ ਬਹੁਤ ਹਵਾ 'ਚ ਰਹਿੰਦੀ ਹੁੰਦੀ ਸੀ, ਤੁਹਾਨੂੰ ਕੀ ਪਤਾ ਕੌਣ ਹੁੰਦਾ ਕੌਣ ਨਹੀਂ ਜਾਂਦਾ। ਅਤੇ ਬਾਅਦ ਪਾ ਲੱਗਾ ਸਰ ਲੋਟ ਬੰਦ ਬੰਦੇ ਜਾਂ ਹੋਰ ਬੜੇ ਬੜੇ ਲੀਡਰ ਆ ਕੇ ਚਲੇ ਗਏ ਅਤੇ 1962 ਵਿੱਚ ਮੈਂ ਉਹ ਵਿੱਚ ਪਿੰਡ ਆ ਗਏ ਅਤੇ ਮੈਂ ਤਾਂ ਹੋਸਟਲ ਲੈਣਾ ਸ਼ੁਰੂ ਕਰਤਾ ਅਤੇ ਪੜ੍ਹਦਾ ਸੀ। ਤੁਸੀਂ 1962 ਵਿੱਚ ਕਿੰਨੀ ਉਮਰ ਦੇ, ਕਿਹੜੀ ਕਲਾਸ 'ਚ ਪੜ੍ਹਦੇ ਸੀ ਉਦੋਂ? ਮੈਂ ਪ੍ਰੀ ਯੂਨੀਵਰਸਿਟੀ 'ਚ। ਪ੍ਰੀ ਯੂਨੀਵਰਸਿਟੀ 'ਚ ਤੁਸੀਂ ਜਵਾਨ ਸੀ ਕਾਫੀ, ਹਨ ਤੁਸੀਂ ਅੱਛੀ ਤਰ੍ਹਾਂ ਯਾਦ ਹੈ ਤੁਹਾਨੂੰ? ਹਾਂਜੀ ਸਰ। ਹਾਂ ਦੱਸੋ ਹੁਣ ਕੀ ਗੱਲ ਹੋਈ ਸੀ ਉਦੋਂ? ਅਤੇ ਬਾਕੀ ਇਹ ਤਾਂ ਪਿੰਡ ਆ ਕੇ ਮੈਂ ਉੱਥੇ ਹੋਸਟਲ 'ਚ ਰਿਹਾ, 4 ਉੱਥੇ ਪੜ੍ਹਾਈ ਕੀਤੀ ਜਦ ਪਿੰਡ ਆਉਣਾ, ਅਤੇ ਇੱਥੇ ਵੀ ਉਹੀ ਮਾਹੌਲ ਸੀਗਾ, ਲੋਕ ਕੋਈ ਨਾ ਕੋਈ ਬੈਠੇ ਰਹਿੰਦੇ ਸੀ, ਨੌਜਵਾਨ ਬੰਦੇ ਅਤੇ ਮੈਂ ਹਾਸਾ ਹੁੰਦਾ ਸੀ ਮੈਂ ਤੁਸੀਂ, ਅਤੇ ਮੇਰੇ ਮਦਰ ਵੀ ਕਹਿੰਦੇ ਹੁੰਦੇ ਸੀ ਰੋਜ਼ ਇੰਨੀਆਂ ਰੋਟੀਆਂ ਪਵਾਉਣ ਯਾਰ ਕੋਈ ਨਾ ਕੋਈ ਤੁਰਿਆ ਰਹਿੰਦਾ। ਅਤੇ ਜਦੋਂ ਮੈਂ ਉੱਥੇ ਹੋਸਟਲ ਵਾਪਸ ਆਇਆ ਅਤੇ ਰਾਤੀ ਡੇਰਾ ਸੀਗਾ ਅਤੇ ਲੇਟ ਰੋਟੀ ਖਾ ਕੇ ਆ ਗਏ ਅਤੇ ਉਹ ਕਹਿੰਦੇ ਇੱਥੇ ਘਰ ਨਹੀਂ, ਰੋਟੀ ਖਾ ਕੇ ਆ ਗਿਆ ਅਤੇ ਜੇ ਅਸੀਂ ਰਖਵਾ ਲਵਾਂਗੇ ਸਾਨੂੰ ਖਵਾਏਗਾ, ਅਸੀਂ ਖਾ ਕੇ ਆਉਣਾ ਪਾਓ। ਸੋ ਇਹ ਗੱਲਾਂ ਬਾਕੀ ਮੈਂ ਕੁਆਲੀਫਾਈ ਕਰਨ ਤੋਂ ਬਾਅਦ ਅੰਮ੍ਰਿਤਸਰ ਹੀ ਰਿਹਾ, ਹਰ ਤਰ੍ਹਾਂ 'ਚ ਕੰਮ ਕੀਤਾ, ਉਸ ਤੋਂ ਬਾਅਦ ਪਿੰਡੀ ਵਾਲਾ ਅਤੇ 5-6 ਮਹੀਨੇ ਇੱਥੇ ਆ ਕੇ ਲੱਗੇ ਰਹੀ ਘਰਦਿਆਂ ਕੋਲ ਰਹਿ ਸਕਦਾ ਜੀ। ਉਸ ਤੋਂ ਬਾਅਦ ਮਾਹੌਲ ਇੱਦਾਂ ਦੇ ਸੀ ਗਵਰਨਮੈਂਟ ਦੇ ਕੰਮ 'ਤੇ
ਅਤੇ ਨਾ ਉਹਨਾਂ ਕੋਲ ਬਹੁਤ ਹੀ ਮੈਡੀਸਨ ਵਗੈਰਾ ਅਵੇਲੇਬਲ ਸੀ ਡਿਸਪੈਂਸਰੀ 'ਚ, ਅਤੇ ਮੈਨੂੰ ਕਹਿੰਦੇ ਜੀ ਇੰਨਾ ਖੁਸ਼ ਨਹੀਂ ਤੂੰ ਬਾਹਰ ਚੱਲ ਜਾ ਸਾਥ ਲੈ ਕੇ। ਅਤੇ 73 ਨਵੰਬਰ 'ਚ ਮੈਂ ਇੰਗਲੈਂਡ ਚਲ ਗਿਆ ਅਤੇ 74 'ਚ ਰਹੀ ਇੱਥੋਂ। ਕੋਈ ਐਸਾ ਡਾਕਟਰ ਸਾਹਿਬ ਕੋਈ ਆਜ਼ਾਦੀ ਘੁਲਾਟੀਆ ਐਸਾ ਕੋਈ ਗਦਰੀ ਜਾਂ ਕੋਈ ਐਸਾ ਹੈ ਜਿਹਨੂੰ ਤੁਸੀਂ ਉਹਨਾਂ ਦੇ ਨਾਲ ਦੇਖਣ ਦਾ ਤੁਹਾਨੂੰ ਮੌਕਾ ਮਿਲਿਆ ਹੋਵੇ? ਹਾਂਜੀ, ਸਾਰੇ ਲੀਡਰ ਗੁਰਮੁਖ ਸਿੰਘ ਮੁਸਾਫਿਰ, ਸਰਦਾਰ ਸਵਰਨ ਸਿੰਘ, ਪ੍ਰਬੋਧ ਚੰਦਰ, ਮਿਨਿਸਟਰ ਗੋਪੀ ਚੰਦ ਪਾਰਕੋ, ਪ੍ਰੋਫੈਸਰ ਰਾਜੀਵ, ਮੈਨੂੰ ਕੋਈ ਸਮਝ ਨਹੀਂ ਕੌਣ ਕਿਤੇ ਬੰਦੇ ਹੈਗੇ। ਅੱਛਾ, ਜਿਹੜੇ ਤੁਹਾਨੂੰ ਬਾਅਦ 'ਚ ਪਤਾ ਲੱਗਾ ਬੰਦੇ ਬਹੁਤ ਵੱਡੇ ਵੱਡੇ ਸੀ, ਇੰਪੋਰਟੈਂਟ ਬੰਦੇ ਸੀ ਜਿਹੜੇ ਉਹਨਾਂ ਕੋਲ ਆਉਂਦੇ ਹੁੰਦੇ ਸੀ, ਉਦੋਂ ਨਹੀਂ ਸੀ ਇੰਨੀ ਸਮਝ। ਸਕੂਲੇ ਪੜ੍ਹਾਂ ਦੇ ਬੱਚਾ ਉਹਨਾਂ ਦੀ ਪਕਾਰ ਘੜੇ ਆਉਂਦੇ ਕੌਣ ਆਉਂਦਾ ਕੌਣ ਜਾਂਦਾ, ਇੰਨੀ ਕੋਈ ਸਮਝ ਨਹੀਂ ਸੀ। ਉਹ ਜਿੱਦਾਂ ਦੀਆਂ ਕੋਈ ਗੱਲਾਂ ਕਰਦੇ ਹੋਣਗੇ ਆਪਸ ਵਿੱਚ, ਤੁਹਾਨੂੰ ਲੱਗਦਾ ਹੁੰਦਾ ਸੀਗਾ ਕਿ ਤੁਹਾਨੂੰ ਕੋਈ ਅੱਛੀਆਂ ਲੱਗਦੀਆਂ ਜਿਹੜੀਆਂ ਉਹ ਗੱਲਾਂ ਆਪਸ ਵਿੱਚ ਕਰਦੇ, ਤੁਹਾਨੂੰ ਨੇੜੇ ਨੇੜੇ ਘੁੰਮਦੇ ਤਾਂ ਫਿਰਦੇ ਹੋਣਗੇ? ਹਾਂਜੀ, ਨੇੜੇ ਘੁੰਮਦਾ ਫਿਰਦੇ ਸੀਗੇ, ਪਰ ਮੈਂ ਇਹ ਨਹੀਂ ਮੈਂ ਕਹਿ ਸਕਦਾ ਡਾਕਟਰ ਕੀ ਸੁਣਿਆ ਅਤੇ ਕੀ ਉਹਦੇ ਕਰਦੇ ਸੀਗੇ ਜੀ ਉਹਨਾਂ ਬਾਰੇ। ਜਦੋਂ ਮੈਂ ਸਮਝਣ ਡੁੱਬਾ ਹੋਇਆ ਉਦੋਂ ਵਿਵਹਾਰ ਹੋਸਟ ਰਹਿੰਦਾ ਸੀਗਾ ਅਤੇ ਉਹ ਸਮਝ ਸਕਿਆ। ਕੋਈ ਐਸਾ ਟਾਈਮ ਤੁਹਾਡੀ ਜ਼ਿੰਦਗੀ 'ਚ ਆਇਆ ਕਿ ਤੁਸੀਂ ਦੇਖਿਆ ਹੋ ਕਿ ਜੀ ਉਹ ਤੁਹਾਡੇ ਪਿਤਾ ਜੀ ਤਾਂ ਜੇਲ੍ਹ ਦੇ ਵਿੱਚ ਨੇ, ਕੈਦ ਨੇ, ਤੁਹਾਡੇ 'ਤੇ ਕਿੱਦਾਂ ਦਾ ਪ੍ਰਭਾਵ ਪੈਂਦਾ ਸੀ? ਮੁਸੀਬਤਾਂ ਚੱਲੀਆਂ ਉੱਥੇ, ਪਰ ਉਹ ਦੱਸ ਦਿੰਦੇ ਸੀਗੇ ਵੀ ਉਹਨਾਂ ਨੇ ਸੁਪਰਡੈਂਟ ਨਾਲ ਗੱਲ ਹੋਈ, ਡਾਕਟਰ ਦੇ ਡਾਕਟਰ ਨਾਲ ਗੱਲ ਹੋਈ, ਬੜੇ ਅੰਗਰੇਜ਼ ਸੀਗੇ ਅਤੇ ਉਹਨਾਂ ਦਾ ਕਰੈਕਟਰ ਚੰਗਾ ਸੀ। ਅੱਛਾ, ਇਸੇ ਕਰਕੇ ਉਹਨਾਂ ਨੇ ਦੱਸਿਆ 73 ਜਦੋਂ ਮੈਂ ਸੋਚਿਆ ਕਿਤੇ ਬਾਹਰ ਲੈ ਜਾ, ਅਤੇ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗੇ ਕਿ ਹਾਲਾਤ ਕਿੱਦਾਂ ਨੇ, ਚੰਗੇ ਲੋਕ ਨੇ। ਤੁਹਾਡੇ 'ਤੇ ਇਸ ਤਰ੍ਹਾਂ ਦਾ ਪ੍ਰਭਾਵ, ਉਹਨਾਂ ਦੇ ਸੱਭਿਆਚਾਰ ਦਾ ਪ੍ਰਭਾਵ ਉਹਨਾਂ ਦੇ ਰਾਹੀਂ ਪਿਆ, ਤਾਂ ਉਹ ਚਾਹੁੰਦੇ ਸੀ ਕਿ ਤੁਸੀਂ ਡਾਕਟਰੀ ਲਾਈਨ ਦੇ ਵਿੱਚ ਜਾਓ ਅਤੇ ਉੱਥੋਂ ਸਿੱਖ ਕੇ ਆਓ ਕੁਝ। ਹਾਂਜੀ, ਉੱਥੇ ਜਾ ਕੇ ਦੇਖੋ ਕਰੈਕਟ ਕੀ ਹੈ। ਅੱਛਾ ਅੱਛਾ, ਸੋ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਬੜੇ ਬਹੁਤ ਛੋਟੀ ਉਮਰ ਸੀ ਉਦੋਂ, ਇਹਨਾਂ ਨੂੰ ਇਹ ਯਾਦ ਹੈ ਕਿ ਕਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਘਰ ਆਉਂਦੀਆਂ ਸੀ ਇਹਨਾਂ ਦੇ ਕੋਲ, ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਸੀ, ਉਹਦਾ ਕ੍ਰਕਸ ਕੀ ਹੁੰਦਾ ਸੀ, ਉਹਦੀ ਭਾਵਨਾ ਕੀ ਹੁੰਦੀ ਸੀ ਗੱਲਬਾਤ ਦੀ, ਉਹ ਅਜੇ ਸਮਝਣ ਤੋਂ ਛੋਟੇ ਸਨ ਉਦੋਂ, ਲੇਕਿਨ ਹੁਣ ਸਮਝ ਆਉਂਦੀ ਕਿ ਉਹ ਕੀ ਕਰ ਰਹੇ ਸਨ। ਅਸੀਂ ਉਹਨਾਂ ਦੇ ਨਾਲ ਬੈਠੇ ਨੇ ਆਪਣੇ ਹੀ ਪਿੰਡ ਦੇ ਗੁਰਚੈਨ ਸਿੰਘ ਜੀ, ਜਿਹੜੇ ਕਿ ਅਸੀਂ ਦੇਖਿਆ ਕਿ ਕਾਫੀ ਪੜ੍ਹਨ ਦੀ ਰੁਚੀ ਰੱਖਦੇ ਨੇ, ਔਰ ਉਸ ਤੋਂ ਪਹਿਲਾਂ ਉਹ ਮਿਲਦੇ ਹੀ ਗਏ ਨੇ ਉਹਨਾਂ ਨੂੰ ਜਦੋਂ 17-18 ਸਾਲ ਦੇ ਸੀ। ਅਸੀਂ ਉਹਨਾਂ ਦੀਆਂ ਯਾਦਾਂ ਜਾਣਨਾ ਚਾਹਾਂਗੇ ਉਹਨਾਂ ਕੋਲੋਂ ਕਿ ਜੀ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਉਸ ਸਮੇਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਤੁਹਾਡੇ ਪਿੰਡ ਦੀ ਐਡੀ ਵੱਡੀ ਸ਼ਖਸੀਅਤ ਹੈ ਜਿਹਨਾਂ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹੋ, ਗੱਲਬਾਤ ਕਰ ਰਹੇ ਹੋ, ਤੁਸੀਂ ਕੀ ਫੀਲ ਕਰਦੇ ਸੀ ਉਦੋਂ? ਸਾਨੂੰ ਬਚਪਨ ਵਿੱਚ ਇੰਨਾ ਪਤਾ ਹੁੰਦਾ ਸੀ ਕਿ ਸਾਡੇ ਪਿੰਡ ਦੇ ਮਾਸਟਰ ਕਬੂਲ ਸਿੰਘ ਜੀ ਹਨ ਅਤੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕੀਤੀ ਆ। ਅੱਛਾ, ਉਹਨਾਂ ਦੇ ਬਾਰੇ ਜੇ ਕਵੀ ਨੇ ਦੋ ਲਾਈਨਾਂ ਲਿਖੀਆਂ ਕਿ ਮਾਸਟਰ ਕਾਬਲ ਸਿੰਘ ਵਰਗੀਆਂ ਦੇਸ਼ ਭਗਤਾਂ ਸ਼ਾਸਤਰ ਜ਼ੁਲਮ ਦੀ ਹਿੱਕ ਵਿੱਚ ਖੋਹ ਦਿੱਤਾ, ਜਿਹਦੇ ਰਾਜ ਵਾਲਾ ਸੂਰਜ ਨਹੀਂ ਡੁੱਬਦਾ ਸੀ ਉਹਦੇ ਰਾਜ ਵਾਲਾ ਸੂਰਜ ਡੋਬ ਦਿੱਤਾ। ਉਹਨਾਂ ਨੇ ਤੁਸੀਂ ਆ ਸੁਣ ਲਈ ਸਾਰੀ ਗੱਲ ਉਹਨਾਂ ਦੀ ਵੀ 19 ਸਾਲ ਦੇ ਸਨ ਜਦੋਂ ਉਹਨਾਂ ਨੇ ਸਕੂਲ ਛੱਡ ਕੇ ਵੱਡੋ ਪਿੰਡ ਤੋਂ ਇਸ ਲਹਿਰ ਵਿੱਚ ਕੁੱਦੇ। ਅੱਛਾ, ਉਹਨਾਂ ਦੀ ਜਿਹੜੀ ਪਹਿਲੀ ਗ੍ਰਿਫਤਾਰੀ ਆ ਉਹ 16 ਅਕਤੂਬਰ 1921 ਨੂੰ ਹੋਈ ਆ, ਨਕੋਦਰ ਦੇ ਇਲਾਕੇ 'ਚ ਹੋਈ ਆ ਜੀ। ਜੀ, ਉਹਨਾਂ ਨੂੰ ਗ੍ਰਿਫਤਾਰ ਕਰਕੇ ਮੀਆਂਵਾਲੀ ਜੇਲ੍ਹ 'ਚ ਪਹਿਲਾਂ ਭੇਜਿਆ ਜੀ ਜੀ, 1 ਸਾਲ ਦੀ ਸਜ਼ਾ ਦੇ ਗਏ। ਉਸ ਵੇਲੇ ਮਾੜੀ ਮਾੜੀ ਦਾੜੀ ਉਹਨਾਂ ਦੇ ਫੁੱਟਦੀ ਸੀ ਅਤੇ ਘਰ ਦੇ ਵਿੱਚ ਜੋ ਪਹਿਲਾ ਮਾਹੌਲ ਸੀ ਉਹ ਹੋਰ ਸੀ। ਪਿਤਾ ਜੀ ਛੋਟੇ ਹੁੰਦਿਆਂ ਦੇ ਸੁਰਗਵਾਸ ਹੋ ਗਏ ਸਨ, 1.5 ਸਾਲ ਦੇ ਸਨ, ਅਤੇ ਮਾਤਾ ਜੀ ਨੇ 2 ਭੈਣਾਂ ਸਨ, 2 ਭਾਈ ਸਨ, ਬੜੇ ਭਾਈ ਬਾਹਰ ਚਲੇ ਗਏ ਅਤੇ ਮਾਤਾ ਜੀ ਨੇ ਇਹਨਾਂ ਨੂੰ ਬੜੇ ਲਾਡਾਂ ਨਾਲ ਭੈਣਾਂ ਨੇ ਪਾਲਿਆ, ਪਰ ਜਦੋਂ ਜਵਾਨ ਹੋਏ ਘਰ ਦੀ ਜੋ ਹਾਲਾਤ ਸੀ ਉਹ ਤੰਗੀ ਦੀ ਸੀ ਅਤੇ ਉਹਨੂੰ ਕਰਕੇ ਇਸੇ ਤਰ੍ਹਾਂ ਫਿਰ ਉਹ ਚਲੇ ਗਿਆ ਦੂਸਰੀ ਲਾਈਨ ਵਿੱਚ ਜਿੱਥੇ ਹਰ ਵੇਲੇ ਕੰਨਿਆਂ ਦਾ ਰਾਹ ਸੀ ਜੀ ਜੀ। ਉਸ ਰਾਹ 'ਤੇ ਤੁਰਨਾ ਉਹਨਾਂ ਨੇ ਪਸੰਦ ਕੀਤਾ ਲੋਕਾਂ ਦੀ ਖਾਤਰ, ਦੇਸ਼ ਦੀ ਖਾਤਰ। ਉਹਨਾਂ ਨੇ 1 ਸਾਲ ਤੋਂ ਬਾਅਦ ਫਿਰ ਰਿਹਾਅ ਕਰਕੇ ਉਹਨੇ ਫਿਰ ਛੱਡਿਆ ਅਤੇ ਮੁੜ ਕੇ ਉਹਨਾਂ ਨੇ ਆਪਣੇ ਰਾਹ ਲੈ ਕੇ ਫਿਰ ਸਰਗਰਮੀ ਆਰੰਭੀ। ਉਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ, ਫਿਰ 1922 'ਚ ਫੜ ਕੇ ਅੰਦਰ ਬੰਦ ਕਰਤਾ, ਫਿਰ ਮੀਆਂਵਾਲ ਮੁਲਤਾਨ ਜੇਲ੍ਹ 'ਚ ਬੰਦ ਕਰਤਾ ਜੀ। ਜਿਹੜੀ ਸਭ ਤੋਂ ਜੋ ਮੈਨੂੰ ਪੜ੍ਹਦਿਆਂ ਗੱਲ ਮੈਨੂੰ ਟੁੰਬਿਆ ਜਿਸ ਗੱਲ ਨੇ ਉਹ ਇਹ ਮੈਨੂੰ ਟੁੰਬਿਆ ਕਿ 23 ਸਤੰਬਰ 1923 ਨੂੰ ਜੀ ਜਦੋਂ ਮੁਲਤਾਨ ਜੇਲ੍ਹ ਦੇ ਅੰਦਰ ਉਹਨਾਂ ਦੇ ਬੈਂਤ ਮਾਰਨ ਦਾ ਫੈਸਲਾ ਕੀਤਾ ਗਿਆ, ਕਿ ਉਹਨਾਂ ਨੇ
ਉਹਨਾਂ ਨੇ ਇਸ ਕਰਕੇ ਉਹ ਬੈਂਤ ਮਾਰੇ ਗਏ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਸੰਘਰਸ਼ ਰੰਭਿਆ ਜੀ। ਜੋ ਜੇਲ੍ਹ ਦੀ ਹਾਲਾਤ ਸੀ ਉਹ ਚੰਗੀ ਨਹੀਂ ਸੀ, ਬੜੀ ਆਤਮ ਕੈਦੀਆਂ ਦੇ ਨਾਲ ਪਸ਼ੂਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ। ਜੇਲ੍ਹ ਸੁਧਾਰ ਕਰਨ ਦੀ ਖਾਤਰ ਉਹਨਾਂ ਨੇ ਆਪਣਾ ਸੰਘਰਸ਼ ਰੰਭਿਆ ਅਤੇ ਜਿਹਦੇ ਉਹਨਾਂ ਨੂੰ ਬਹੁਤ ਸਾਰੇ ਕਸ਼ਟ ਸਹਿਣੇ ਪਏ ਔਰ ਆਪਣੇ ਮਿਸ਼ਨ ਵਿੱਚ ਉਹ ਕਾਮਯਾਬ ਵੀ ਹੋਏ। ਕਸ਼ਟ ਇਹ ਸਨ ਕਿ ਜਦੋਂ ਕੈਦੀ ਨਹਾਉਂਦੇ ਸਨ ਭਾਵੇਂ ਉਹ ਪਿਓ ਪੁੱਤਰ, ਉਹਨਾਂ ਨੂੰ ਕੱਪੜਾ ਬਦਲਣ ਵਾਸਤੇ ਵੀ ਕੋਈ ਪਰਨਾ ਨਹੀਂ ਸੀ ਮਿਲਦਾ ਕਿ ਨੰਗੇ ਹੋ ਕੇ ਸਾਹਮਣੇ ਨਹਾਉਣ ਜਾ ਕੇ, ਸਾਡੀ ਸਭਤਾ ਮੁਤਾਬਕ ਇਹ ਗੱਲ ਚੰਗੀ ਨਹੀਂ। ਚੰਗੀ ਨਹੀਂ, ਠੀਕ ਠੀਕ। ਉਸ ਤੋਂ ਬਾਅਦ ਕੈਦੀਆਂ ਦੇ ਸੌਣ ਵਾਸਤੇ ਕੋਈ ਦਰੀ ਨਹੀਂ, ਕੋਈ ਉੱਪਰ ਲੈਣ ਲਈ ਕੱਪੜਾ ਨਹੀਂ, ਕੋਈ ਖਾਣ ਲਈ ਚੀਜ਼ ਵਧੀਆ ਨਹੀਂ ਹੈ। ਗੁਲਾਮੀ ਦਾ ਤੌਰ ਗਲ ਵਿੱਚ ਪਾਇਆ ਜਾਂਦਾ ਸੀ ਕਿ ਜਿਹੜਾ ਸਰਦਾਰ ਬਚਿੰਦ ਸਿੰਘ ਕਿੰਗ ਆਫ ਰੋੜਕਾ ਸਨ ਉਹਨਾਂ ਨੇ ਨਾ ਕੀਤੀ ਸੀ, ਉਹਨਾਂ ਨੂੰ 6 ਮਹੀਨੇ ਸਜ਼ਾ, ਇਸ ਕਰਕੇ ਮਰੀਜ਼ ਤੂੰ ਨਾ ਕਿਉਂ ਕੀਤੀ ਆ ਜੀ ਜੀ। ਉਹਦੇ ਬਾਅਦ ਉਹਨਾਂ ਨੇ ਉਹਨਾਂ ਨੂੰ ਬੈਂਤ ਮਾਰਨ ਦਾ ਫੈਸਲਾ ਕੀਤਾ ਕਿ ਇਹਨਾਂ ਦੇ ਬੰਨ੍ਹ ਕੇ ਬੈਂਤ ਮਾਰੇ ਜਾਣ। ਬੈਂਤ ਜਿਹੜੇ ਆ ਬਹੁਤ ਦੇਸ਼ ਭਗਤਾਂ ਘੱਟ ਦੇਸ਼ ਭਗਤਾਂ ਦੇ ਵੱਜੇ ਆ, ਅਤੇ ਇਹਨਾਂ ਦੇ ਸਨ ਜਦੋਂ ਇਹਨਾਂ ਦੇ ਬੰਨ੍ਹ ਕੇ ਬੈਂਤ ਮਾਰੇ ਗਏ, ਅਤੇ ਉਸ ਵੇਲੇ ਦਾ ਜੋ ਸਾਕਾ ਹੈ ਉਹ ਇੰਨਾ ਭਿਆਨਕ ਹੈ ਕਿ ਉਸ ਨੂੰ ਉਹਨਾਂ ਨੂੰ ਜਦੋਂ ਟਿਕਟ ਕੀ ਨਾ ਬੰਨਿਆ ਪਹਿਲਾਂ ਸਵੇਰੇ ਵਾਸਤੇ, ਸਰਦਾਰ ਮੱਸਾ ਸਿੰਘ ਕਾਲਰੇ ਪਿੰਡ ਦੇ ਸਨ, ਉਹ ਜੇਲ੍ਹ ਵਿੱਚ ਲੰਬੜਦਾਰ ਸਨ, ਉਹਨਾਂ ਨੇ ਆ ਕੇ ਸਾਰੀ ਦੱਸੀ ਗੱਲ ਕਿ ਜੇਲ੍ਹ ਅਧਿਕਾਰੀਆਂ ਨੇ ਤੁਹਾਨੂੰ ਬੈਂਤ ਮਾਰਨ ਦਾ ਫੈਸਲਾ ਕੀਤਾ ਵੀ ਬੜੇ ਦੁਸ਼ਮਣ ਦੇ ਜਜ਼ਬੇ ਨਾਲ ਮਾਰੇ ਜਾਣੇ ਆ, ਵੀ ਜੇ ਤੁਹਾਡੇ ਵਿੱਚ ਕੋਈ ਕਮਜ਼ੋਰੀ ਆਈ ਸਾਡੀ ਦੁਆਬੇ ਦੇ ਸਿੰਘਾਂ ਦੀ ਫਿਰ ਹੇਠੀ ਹੋਊਗੀ ਜੀ, ਵੀ ਤੁਸੀਂ ਇਸ ਸ਼ਹਾਦਤ ਨੂੰ ਤਕੜੇ ਹੋ ਕੇ ਚੱਲਣਾ, ਜੇ ਕੋਈ ਨਸ਼ੇ ਚਾਹੁੰਦੇ ਆ ਮੈਂ ਤੁਹਾਨੂੰ ਨਸ਼ਾ ਵੀ ਦੇ ਸਕਦਾ, ਵੀ ਤੁਸੀਂ ਕਮਜ਼ੋਰੀ ਨਹੀਂ ਕੋਈ ਦਿਖਾਲਣੀ ਹੈ। ਮਾਸਟਰ ਜੀ ਨੇ ਉਸ ਉਮਰ 21 ਸਾਲ ਦੀ ਸੀ ਸਾਰੀ, ਉਹਨਾਂ ਨੇ ਮੱਸਾ ਸਿੰਘ ਨੂੰ ਧੀਰਜ ਦਿੱਤੀ ਕਿ ਤੂੰ ਜਾ ਕੋਈ ਫਿਕਰ ਨਾ ਕਰ, ਮੇਰਾ ਬੰਦ ਬੰਦ ਕਰ ਦੇਣਾ, ਮੈਂ ਤਾਂ ਵੀ ਸਹੀ ਨਹੀਂ ਕਰਨੀ ਹੈ ਜੀ। ਉਹ ਤੋਂ ਬਾਅਦ ਸਵੇਰੇ ਟਿਕਟ ਕੀ ਲਿਆਂਦੀ ਗਈ, ਸਾਰੇ ਜੇਲ੍ਹ ਦੇ ਕੈਦੀਆਂ ਨੂੰ ਦੁਆਲੇ ਚੱਕਰ ਵਿੱਚ ਲਿਆ ਕੇ ਖੜ੍ਹੇ ਕੀਤਾ ਗਿਆ। ਉਸ ਵੇਲੇ ਗੁਰਮੁਖ ਸਿੰਘ ਮੁਸਾਫਰ ਵੀ ਉੱਥੇ ਸਨ ਅਤੇ ਸਰਦਾਰ ਸ਼੍ਰੀ ਪ੍ਰਬੋਧ ਚੰਦਰ ਜੀ ਜੋ ਕਿ ਬਾਅਦ ਵਿੱਚ ਵਿੱਦਿਆ ਮੰਤਰੀ ਬਣੇ ਪੰਜਾਬ ਦੇ, ਅੱਜ ਕੱਲ੍ਹ ਉਹਨਾਂ ਦੇ ਸਪੁੱਤਰ ਜੋ ਹਨ ਉਹ ਅਸ਼ਵਨੀ ਕੁਮਾਰ ਸੈਂਟਰ 'ਚ ਵਜ਼ੀਰ ਹਨ, ਉਹ ਵੀ ਉੱਥੇ ਸਨ ਅਤੇ ਉਹਨਾਂ ਦੇ ਬੰਨ੍ਹ ਕੇ ਜਦੋਂ ਬੈਂਤ ਮਾਰੇ ਗਏ ਅਤੇ ਬੈਂਤ ਜਦੋਂ ਵੱਜਦੇ ਸਨ ਅਤੇ ਉਸ ਵੇਲੇ ਉਹ ਜਕਾਰਾ ਲਾਉਂਦੇ ਸਨ ਬਾਂਹ ਖੜੀ ਕਰਕੇ, ਵੀ ਅੰਗਰੇਜ਼ ਜੋ ਅਫਸਰ ਖੜ੍ਹੇ ਸਨ ਉਹ ਮੂੰਹ 'ਚ ਉਂਗਲਾਂ ਪਾ ਕੇ ਦੇਖਦੇ ਸਨ ਕਿ ਅਸੀਂ ਬੈਂਤ ਕੰਧ ਪਰ ਮਾਰਦੇ ਹਾਂ ਕਿਸੇ ਬੰਦੇ 'ਤੇ ਮਾਰਦੇ ਹਾਂ। ਸਰਦਾਰ ਗੁਰਚੈਨ ਸਿੰਘ ਜੀ ਜਿਹੜੀ ਤੁਸੀਂ ਘਟਨਾ ਸੁਣਾ ਰਹੇ ਹੋ ਨਾ, ਹਾਂਜੀ, ਮੈਨੂੰ ਲੱਗਦਾ ਕਿ ਸਰਦਾਰ ਕੁਲਵੰਤ ਸਿੰਘ ਜੀ ਨੂੰ ਵੀ ਉਸ ਘਟਨਾ ਦੇ ਨਾਲ ਕੋਈ ਨਾ ਕੋਈ ਜਾਣਕਾਰੀ ਹੈ, ਇਹ ਕਹਿ ਰਹੇ ਕੋਈ ਇਸ਼ਾਰਾ ਕਰ ਰਹੇ ਸੀਗੇ ਕਿ ਸ਼ਾਇਦ ਇਹਨਾਂ ਨੂੰ ਕੋਈ ਦੱਸਿਆ ਹੋਇਆ ਉਹਨਾਂ ਨੇ ਨਾ ਵੀ। ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਘਟਨਾ ਦੇ ਬਾਰੇ 'ਚ, ਜਦੋਂ ਉਹਨਾਂ ਨੇ ਨਾ ਕਰ ਦਿੱਤੀ ਅਤੇ ਫਿਰ ਉਹਨਾਂ ਨੂੰ ਬੈਂਤਾਂ ਮਾਰਨ ਦੀ ਸਜ਼ਾ ਹੋਈ ਅਤੇ ਉਹਨਾਂ ਨੇ ਬੈਂਤਾਂ ਦੀ ਸਜ਼ਾ ਝੱਲੀ ਜੇਲ੍ਹ ਦੇ ਵਿੱਚ, ਕੀ ਦੱਸਿਆ ਸੀ ਜਦੋਂ ਟਿਕਟੀ ਦੇ ਬੰਨੇ ਸੀ ਉਹਦੇ ਬੈਂਤਾਂ ਮਾਰੀਆਂ ਸੀ? ਮੈਂ ਉਹਨਾਂ ਨੇ ਬਾਅਦ ਵਿੱਚ ਪੁੱਛਿਆ ਸੀ ਇੱਕ ਵਾਰੀ ਗੱਲਾਂ ਕਰਦਿਆਂ ਕਰਦਿਆਂ, ਮੈਂ ਕਿਹਾ ਜੀ ਬੈਂਤ ਕਾਹਤੇ ਮਾਰਦੇ ਸੀ? ਕਹਿੰਦੇ ਬੈਂਤ ਕਾਹਤੇ ਮਾਰਦੇ ਸੀ ਮਾਰਨੇ ਨੂੰ? ਮੈਂ ਕਿਹਾ ਉਹਨਾਂ ਮਰ ਜਾਣਾ ਸੀ? ਕਹਿੰਦੇ 1-2 ਵਜੀਆਂ ਮਰ ਜਾਂਦਾ, 3 ਬੱਸ ਰਹਿੰਦੀ ਸੀ। ਮੈਂ ਕਿਹਾ ਤੁਸੀਂ ਫਿਰ ਕਿੱਦਾਂ ਰਹੇ, ਤੁਹਾਡੇ ਕਿੱਦਾਂ ਵਜੀਆਂ? ਉਹਨਾਂ ਨੇ ਮੈਨੂੰ ਹਾਫ ਦੱਸਿਆ ਸਾਰੀ ਉਸ ਵੇਲੇ ਗੱਲ, ਉਹ ਕਹਿੰਦੇ ਅਖੇ, ਮੈਂ ਕਿਹਾ ਜੀ ਬੈਂਤ ਕਿੱਦਾਂ ਦੀ ਹੁੰਦੀ ਆ? ਉਹ ਕਹਿੰਦੇ ਬੈਂਤ ਐਡਾ ਸਾਰਾ ਸਿੱਕੇ ਦਾ ਗੋਲਾ ਹੁੰਦਾ, ਐਡਾ ਸਾਰਾ, ਉਹਦੇ ਮੂਹਰੇ ਛੈਂਟਾ ਬੰਨਿਆ ਹੁੰਦਾ ਕਾਫੀ ਲੰਬਾ, ਉਹਨੂੰ ਜਿਹੜਾ ਮਾਰਦਾ ਜਲਾਲ ਉਹਦਾ ਟ੍ਰੇਨਡ ਹੁੰਦਾ, ਉਹ ਪੈਂਤਰੇ ਨਾਲ ਦੂਰੋਂ ਆਉਂਦਾ ਜਿੱਦਾਂ ਗੱਤਕਾ ਖੇਲ ਲਿਆ, ਉਹ ਪੈਂਤਰੇ ਨਾਲ ਆ ਕੇ ਉਹ ਛੈਂਟਾ ਮਾਰਦਾ, ਲੱਕ ਦੁਆਲੇ ਮਾਰਦਾ, ਗੋਲਾ ਆ ਕੇ ਇੱਥੇ ਵੱਜਦਾ ਜਾਂ ਇੱਥੇ ਵੱਜਦਾ, ਬੰਦਾ ਬੇਹੋਸ਼ ਹੋ ਜਾਂਦਾ, ਮਰ ਜਾਂਦਾ। ਮੈਂ ਕਿਹਾ ਜੀ ਤੁਹਾਡੇ ਫਿਰ ਲੱਗੇ ਹੋ? ਕਹਿੰਦੇ ਹਾਂ। ਉਸ ਵੇਲੇ ਮੈਂ ਕਿਹਾ ਕਿੱਥੇ ਲੱਗੇ ਸੀ? ਉਹਨੇ ਫਾਇਦਾ ਮੈਨੂੰ ਕਮੀਜ਼ ਚੱਕ ਕੇ ਦਿਖਾਲੀ, ਉਹ ਥੈਂ ਹੈ ਜਿਹੜੇ ਸੀ ਕਾਲੇ ਸੀ, ਕਾਲੇ ਹੋਏ, ਮੈਂ ਆਪ ਅੱਖੀਂ ਦੇਖੇ। ਹਾਂਜੀ, ਉਹ ਇਹਦਾ ਮਤਲਬ ਕਿ ਜਿਹਨੂੰ ਬੈਂਤ, ਅਸੀਂ ਤਾਂ ਬੈਂਤ ਉਹ ਸਮਝਦੇ ਸੀ ਨਾ ਵੀ ਬੈਂਤ ਦਾ ਡੰਡਾ ਹੋਣਾ ਆ, ਉਹ ਕੋਈ ਛੈਂਟੇ ਦੇ ਨਾਲ ਬੰਨੀ ਹੋਈ ਲੱਗਦੀ ਸੀ, ਸ਼ਰਾਬ ਵਿੱਚ ਭਿੰਟਿਆ ਹੁੰਦਾ ਸੀ, ਸ਼ਰਾਬ ਵਿੱਚ ਅਤੇ ਕਿਉਂਕਿ ਜਦੋਂ ਵੱਜਣ ਵਾਲੇ ਜ਼ਖਮ ਹੋਣੇ ਆ ਉਹ ਜਦੋਂ ਖਿੱਚਦੇ ਸਨ ਮਾਸ ਵੀ ਨਾਲੇ ਉਸਦੇ ਨਾਲ ਹੁੰਦਾ ਸੀ। ਕੋਈ ਹੋਰ ਘਟਨਾ ਤੁਸੀਂ ਇਹ ਗੱਲ ਪੂਰੀ ਕਰ ਦੇਈਏ ਇੱਕ ਮਿੰਟ, ਜਦੋਂ ਉਹਨਾਂ ਦੇ ਬੈਂਤ ਵੱਜੇ ਤਾਂ ਮਾਸ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਮੂਹਰੇ ਬੈਠੇ ਖੜ੍ਹੇ ਸੀ ਉਸ ਵੇਲੇ, ਉਹ ਬਾਅਦ ਵਿੱਚ ਲਿਖਦੇ ਆ ਕਹਿੰਦੇ ਜਦੋਂ ਬੈਂਤਾਂ 'ਤੇ ਉਹਨੇ ਮਾਰ ਕੇ ਹੱਡੇ ਪਿੱਛੇ ਤਾਂ ਮਾਸ ਉਹਨੇ ਟਿਕੜੀ ਉਹ ਛਾਲ ਮਾਰ ਕੇ ਥੱਲੇ ਉੱਤਰੇ, ਉਹਨੇ ਆਪਣੀ ਲਿਖਤ ਲਿਖਿਆ ਗੁਰਮੁਖ ਸਿੰਘ ਸਾਹਿਬ ਨੇ ਵੀ ਛਾਲ ਮਾਰ ਕੇ ਉੱਤਰੇ। ਕਹਿੰਦੇ ਅੰਗਰੇਜ਼ ਜਿਹੜਾ ਸੁਗਰਡ ਖੜ੍ਹਾ ਸੀ, ਡੀ ਸੀ ਖੜ੍ਹਾ ਸੀ, ਅੱਖਾਂ ਮੀਟ ਕੇ ਉਂਗਲੀਆਂ ਮੂੰਹ 'ਚ ਲੈ ਕੇ ਪਿੱਛੇ ਹੋ ਗਿਆ ਵੀ ਲੋਹਾ ਬੰਦਾ ਜਾਂ ਇਹ ਫਲਾਦ। ਉਸ ਤੋਂ ਬਾਅਦ ਹਾਂਜੀ ਫਿਰ ਉਹ ਕਹਿਣ ਲੱਗੇ ਜਦੋਂ ਉਹਨਾਂ ਨੇ ਨਾ ਵੀ ਕਹਿੰਦੇ ਵੀ ਗੁਰਮੁਖ ਸਿੰਘ ਮੁਸਾਫਰ ਨੇ ਲਿਖਿਆ ਵੀ ਇੱਕ ਸਿਰ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਵੇ, ਜਿੱਦਾਂ ਰੇਸ ਲਾਉਣ ਵਾਲੀ ਇੱਕ ਲਕੀਰ 'ਤੇ ਖੜ੍ਹਦੇ ਆ,
ਤੇ ਇੱਕ ਦਸਲ ਭੱਜੂਗੀ ਸਾਰੇ ਭੱਜੂਗੇ ਤੇ ਮਾਸਟਰ ਹੁਣਾਂ ਦਾ ਕਦਮ ਉਹਨਾਂ ਲੈਣ ਵਾਲਾ ਤੇ ਕਦਮ ਅੱਗੇ ਹੁੰਦਾ ਸੀ ਤੇ ਸਿਰ ਦੇਣ ਸਾਰਿਆਂ ਨੂੰ ਅੱਗੇ ਕਦਮ ਅੱਗੇ ਹੋ ਕੇ ਖੜੇ ਹੁੰਦੇ ਸਨ ਉਸ ਤੋਂ ਬਾਅਦ ਜਦੋਂ ਬੈਂਤ ਵੱਜੇ ਤਾਂ ਅੰਗਰੇਜ਼ ਸਰਕਾਰ ਪ੍ਰਭਾਵਿਤ ਹੋਈ ਤਾਂ ਉਹਨਾਂ ਨੇ ਫਿਰ ਉੱਥੋਂ ਕਮਿਸ਼ਨ ਬਣਾ ਕੇ ਭੇਜਿਆ ਜਿਹਨਾਂ ਨੇ ਜੇਲ੍ਹ ਸੁਧਾਰ ਕੀਤਾ ਉਹਦੇ ਵਿੱਚ ਕੈਦੀਆਂ ਨੂੰ 125 ਰੁਪਈਆ ਮਹੀਨੇ ਦਾ ਮਿਲਣਾ ਸ਼ੁਰੂ ਹੋਇਆ ਥੱਲੇ ਵਿਛਾਉਣ ਲਈ ਦਰੀ ਮਿਲੀ ਉੱਪਰ ਲੈਣ ਲਈ ਚਾਦਰ ਮਿਲੀ ਉਸ ਤੋਂ ਬਾਅਦ ਕੱਪੜਾ ਕਛਹਿਰਾ ਬਦਲਣ ਲਈ ਕੱਪੜਾ ਵੀ ਮਿਲਿਆ 2-2 ਮੀਟਰ ਦਾ ਵੀ ਤੁਸੀਂ ਆਪਣਾ ਨਹਾਉਣ ਲੱਗੇ ਕਛਹਿਰਾ ਬਦਲੋ ਅਤੇ ਜੋ ਗੁਲਾਮੀ ਦਾ ਤੌਕ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਅਤੇ ਬੈਂਤ ਵੱਜਣ ਤੋਂ ਬਾਅਦ ਇਹਨਾਂ ਦਾ ਜੋ ਮਸਲਾ ਸੀ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਮੈਂਬਰ ਸੀ ਲਾਲਾ ਲਾਜਪਤ ਰਾਏ ਦਾ ਮਿੱਤਰ ਸੀ ਕਰਨਲ ਬਿਜਵਡਵੈਨ ਉਸਨੇ ਉੱਥੇ ਮਸਲਾ ਉਠਾ ਲਿਆ ਤਾਂ ਜਾ ਕੇ ਕਮੇਟੀ ਬਣ ਕੇ ਆਈ ਸੀ ਜੇਲ੍ਹ ਸੁਧਾਰ ਹੋਇਆ ਜੋ ਕਿ ਪਹਿਲਾਂ ਬਿਲਕੁਲ ਨਹੀਂ ਸੀਗਾ ਉਹਨਾਂ ਦੇ ਆਪਣੇ ਸੰਘਰਸ਼ ਕਰਨ ਤੋਂ ਬਾਅਦ ਇਹ ਸਾਰਾ ਜੇਲ੍ਹ ਦਾ ਸੁਧਾਰ ਹੋਇਆ ਉਸ ਤੋਂ ਜੋ ਵਰੀ ਵੱਲ ਹੋਰ ਹੋਈ ਕਿਉਂਕਿ ਉਹਨਾਂ ਦੀ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਬੜੇ ਲਾਡ ਨਾਲ ਪਾਲਿਆ ਸੀ ਅਤੇ ਅੰਗਰੇਜ਼ ਸਰਕਾਰ ਦੇ ਜਿਹੜੇ ਅੰਗਰੇਜ਼ ਅਫਸਰ ਸਨ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਉਸਦੀ ਮਾਂ ਨੂੰ ਦੇਖ ਕੇ ਆਉਣਾ ਕਿ ਬਜ਼ੁਰਗਾਂ ਤੋਂ ਸੁਣੀਓ ਗੱਲ ਆ ਕਿ ਲਿਖਿਓ ਤਾਂ ਨਹੀਂ ਹੈ ਇੱਕ ਅੰਗਰੇਜ਼ ਸਾਡੇ ਪਿੰਡ ਆਇਆ ਮਾਸਟਰ ਜੀ ਦੀ ਮਾਤਾ ਨੂੰ ਦੇਖਣ ਵਾਸਤੇ ਅਤੇ ਪੁੱਛਦਾ ਪੁੱਛਦਾ ਜਦੋਂ ਘਰ ਪਹੁੰਚਿਆ ਜੋ ਘਰ ਕੰਮ ਕਰਨ ਵਾਲਾ ਬੰਦਾ ਸੀ ਉਹ ਬਾਹਰ ਜੀ ਜਾ ਰਿਹਾ ਉਸਨੇ ਇਹ ਗੱਲ ਦੱਸੀ ਮੈਂ ਉਹਨਾਂ ਦੇ ਘਰ ਕੰਮ ਕਰਦਾ ਸੀ ਉੱਥੇ ਰਹਿੰਦਾ ਸੀ ਅਤੇ ਮੈਨੂੰ ਪੁੱਛਿਆ ਦੱਸਿਆ ਕਹਿੰਦੇ ਜਦੋਂ ਘਰ ਮੂਹਰੇ ਆਇਆ ਤਾਂ ਕਹਿਣ ਲੱਗੇ ਵੀ ਮਾਸਟਰ ਜੀ ਮਾਂ ਕਹਿੰਦੇ ਵੀ ਇਹ ਆ ਉਹ ਝਾੜੂ ਦਿੰਦੇ ਸੀ ਉਸ ਵੇਲੇ ਘਰ ਆਪਣੇ ਉੱਥੇ ਮੱਥਾ ਟੇਕ ਕੇ ਮੁੜ ਗਿਆ ਮੈਂ ਇਹਨੂੰ ਦੇਖਣ ਆਇਆ ਜਿਹਨੇ ਇੱਦਾਂ ਦਾ ਬਹਾਦਰ ਪੁੱਤ ਪੈਦਾ ਕੀਤਾ ਸੋ ਸਾਡੇ ਸਾਹਮਣੇ ਇੱਕ ਇੱਕ ਕਰਕੇ ਉਹਨਾਂ ਦੀ ਪਰਤ ਉਹਦਾ ਪਹਿਲਾਂ ਉਹਨਾਂ ਨੇ ਆਜ਼ਾਦੀ ਦਾ ਸੰਗਰਾਮ ਜੇਲ੍ਹ ਤੋਂ ਬਾਹਰ ਲੜਿਆ ਫਿਰ ਜੇਲ੍ਹ ਦੇ ਅੰਦਰ ਲੜਿਆ ਕਿ ਜੇਲ੍ਹ ਸੁਧਾਰ ਹੋਣਾ ਚਾਹੀਦਾ ਜਿਸ ਦੀ ਗੂੰਜ ਪਾਰਲੀਮੈਂਟ ਤੱਕ ਪਹੁੰਚੀ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਲੰਡਨ ਪਾਰਲੀਮੈਂਟ ਦੇ ਵਿੱਚ ਔਰ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਇਤਿਹਾਸ ਦੇ ਵਰਕਿਆਂ ਉੱਤੇ ਚੜ੍ਹੀਆਂ ਵੀ ਹੋਈਆਂ ਨੇ ਉਹਨਾਂ ਦੇ ਨਾਲ ਕਿੰਨੀਆਂ ਜੁੜੀਆਂ ਹੋਈਆਂ ਨੇ ਇਹ ਆਹਿਸਤਾ ਆਹਿਸਤਾ ਕਰਕੇ ਸਾਡੇ ਸਾਹਮਣੇ ਆਉਂਦਾ ਜਾਏਗਾ ਮਾਮਲਾ ਲੇਕਿਨ ਆਜ਼ਾਦੀ ਤੋਂ ਬਾਅਦ ਵੀ ਦੋ ਤਰ੍ਹਾਂ ਦੀ ਅਸੀਂ ਉਮੀਦ ਲਗਾਈ ਹੋਈ ਸੀ ਆਜ਼ਾਦੀ ਤੋਂ ਕਿ ਇੱਕ ਤਾਂ ਇਹ ਦੇਸ਼ ਬਹੁਤ ਅੱਛੀ ਤਰ੍ਹਾਂ ਤਰੱਕੀ ਕਰੇਗਾ ਦੂਸਰਾ ਇਹ ਕਿ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਗਾਈਆਂ ਨੇ ਉਹਨਾਂ ਦੀ ਕੋਈ ਕਦਰ ਹੋਏਗੀ ਲੇਕਿਨ ਇੱਕਦਮ ਉਲਟਾ ਵਾਪਰਿਆ ਆਜ਼ਾਦੀ ਆਉਣ ਤੋਂ ਬਾਅਦ ਕਿ ਮਾਸਟਰ ਕਾਬਲ ਸਿੰਘ ਜੀ ਨੂੰ ਉਲਟਾ ਹੋਰ ਦੁੱਖਾਂ ਅਤੇ ਕਸ਼ਟਾਂ ਦੇ ਵਿੱਚੋਂ ਦੀ ਲੰਘਣਾ ਪਿਆ ਬਾਅਦ ਦੇ ਵਿੱਚ ਵੀ ਉਹਨਾਂ ਦਾ ਇਤਿਹਾਸ ਨੇ ਜੋ ਕਦਰ ਪਾਉਣੀ ਸੀ ਸ਼ਾਇਦ ਉਹ ਔਰ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਨੇ ਬਾਅਦ 'ਚ ਜਦੋਂ ਉਹਨਾਂ ਨੇ ਪਰਚਾ ਆਪਣਾ ਕੱਢਣਾ ਸ਼ੁਰੂ ਕੀਤਾ ਕਿ ਸੰਘਰਸ਼ ਨੂੰ ਮੈਂ ਇੱਥੇ ਬੰਦ ਨਹੀਂ ਕਰਨਾ ਆਜ਼ਾਦੀ ਉਸ ਤਰ੍ਹਾਂ ਦੀ ਨਹੀਂ ਆਈ ਜਿਹੜੀ ਅਸੀਂ ਲੜੀ ਸੀ ਔਰ ਫਿਰ ਉਹ ਸੰਘਰਸ਼ ਉਸ ਅਖਬਾਰ ਦੇ ਰਾਹੀਂ ਲੜਦੇ ਰਹੇ ਲੇਕਿਨ ਜੋ ਕੁਛ ਉੱਥੇ ਉਹਨਾਂ ਨੇ ਲਿਖਿਆ ਕਿ ਕਿਸ ਤਰ੍ਹਾਂ ਦੀ ਤਬਦੀਲੀ ਆ ਗਈ ਬਲਵੰਤ ਸਿੰਘ ਜੀ ਤੁਸੀਂ ਉਹ ਦੇਖਿਆ ਕਿ ਕਿਸ ਤਰ੍ਹਾਂ ਦੀ ਤਬਦੀਲੀ ਆ ਗਈ ਇਸ ਦੇਸ਼ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਨੋਟ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਕਿਸ ਤਰ੍ਹਾਂ ਦੇ ਲੋਕ ਸਾਹਮਣੇ ਆ ਰਹੇ ਨੇ ਇੱਕ ਇੱਕ ਕਰਕੇ ਤੁਸੀਂ ਕੁਛ ਇਹਦੇ ਬਾਰੇ 'ਚ ਟਿੱਪਣੀ ਕਰਨਾ ਚਾਹੁੰਦੇ ਹੋ ਕਿ ਉਹਨਾਂ ਨੇ ਜਦੋਂ ਕਿਹਾ ਕਿ ਦੇਖੋ ਇਲੈਕਸ਼ਨ ਆ ਗਈ ਆ ਅਤੇ ਜਾਂ ਇਲੈਕਸ਼ਨ ਹੋਣ ਵਾਲੀ ਆ ਅਤੇ ਕਿਸ ਤਰ੍ਹਾਂ ਦੇ ਲੋਕ ਪਿੱਛੇ ਤੋਂ ਜੰਪ ਕਰਕੇ ਅੱਗੇ ਆਉਣਾ ਸ਼ੁਰੂ ਹੋ ਗਏ ਨੇ ਘਰਾਂ ਦੇ ਵਿੱਚ ਪਾਰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਾਂ ਤੁਸੀਂ ਕੁਛ ਕਹਿਣਾ ਚਾਹੁੰਦੇ ਮੈਂ ਇਹੋ ਕਹਿਣਾ ਚਾਹੁੰਦਾ ਜਿਹੜੇ ਉਹਨੇ ਸੁਪਨੇ ਸੀ ਜਿਸ ਵੇਲੇ ਦੇਸ਼ ਦੀ ਆਜ਼ਾਦੀ ਲਈ ਲੜਦੇ ਸੀ ਉਸ ਵੇਲੇ ਬਹੁਤ ਸਵਿਚਾਂ ਕਰਦੇ ਹੁੰਦੇ ਸੀ ਵੀ ਦੇਸ਼ ਦੇ ਵਿੱਚ ਦੁੱਧ ਨਹੀਂ ਦੀਆਂ ਨਦੀਆਂ ਪਊਗੀਆਂ ਕਿਸੇ 'ਤੇ ਨਾਲ ਜਾਤੀ ਨਹੀਂ ਹੋਊਗੀ ਝੂਠਾ ਮੁਕਦਮਾ ਨਹੀਂ ਹੋਊਗਾ ਸੱਚ ਹੋਊਗਾ ਮੈਂ ਸ਼ੋਰਟ ਕਾਲ ਤੁਹਾਨੂੰ ਦੱਸਦਿਆਂ ਉਹਨਾਂ ਦਿਨਾਂ ਦੇ ਇਹ ਸਵਿਚਾਂ ਕਰਨੀਆਂ ਲੋਕਾਂ ਨੇ ਮਗਰ ਜਗਾਰੇ ਛੱਡਣੇ ਹੱਥ ਖੜੇ ਕਰਨੇ ਮੈਂ ਤੁਹਾਡੇ ਮੈਂ ਮਰਨ ਨੂੰ ਤਿਆਰ ਹਾਂ ਜਦੋਂ ਇਹਨਾਂ ਦੀ ਪਹਿਲੀ ਗੌਰਮੈਂਟ ਬਣ ਗਈ ਗੋਪੀ ਚੰਦ ਭਾਰਗੂ ਦੇ ਵੇਲੇ ਸਾਡੇ ਕੋਲ ਇੱਥੇ ਪਿੰਡ ਹੈਗਾ ਉੱਥੇ ਦਾ ਸੀਗਾ ਆਪਣਾ ਠਾਕਰ ਔਰ ਸਿੰਹ ਸਾਹਿਬ ਸਿੰਹ ਸਿੰਘ ਦਾ ਕੋਈ ਕੰਮ ਨਾ ਦੇਸ਼ ਦੇ ਵਿੱਚ ਉਹ ਸਿੰਹ ਸਿੰਘ ਸਾਡੇ ਆਮ ਤੌਰ 'ਤੇ ਉਹਨਾਂ 'ਚ ਵਿਹਲੇ ਆ ਉਹ ਵੀ ਨਹੀਂ ਕਿਸੇ ਦੇ ਕੰਮ ਕਰਨੇ ਥੋੜ੍ਹੀਆਂ ਛਲੀਆਂ ਲੈ ਆਉਣੀਆਂ ਭਾਂਡੇ ਆਉਣੀਆਂ ਜਾ ਕੇ ਮਿਰਚਾਂ ਧੋ ਲਿਆਉਣੀਆਂ ਉਹ ਥਾਣੇਦਾਰ ਨੇ ਕਰਦੇ ਨੇ ਕਹਿਣਾ ਥਾਣੇਦਾਰ ਨੇ ਫੜ ਕੇ ਲਿਆ ਕੇ ਉਹਨਾਂ ਨੂੰ ਕੁੱਟਵਾਣ ਕਰਕੇ ਛੱਡ ਦੇਣਾ ਉਹ ਜੇ ਉਹਨੇ ਜੇ ਦੇਸ਼ ਆਜ਼ਾਦ ਹੋ ਗਿਆ ਪੁਲਿਸ ਆਪਣੀ ਲੱਗ ਗਈ ਹਕੂਮ ਅਫਸਰ ਸਾਡੇ ਬਣ ਗਿਆ ਲੀਡਰ ਸਾਡੇ ਬਣ ਗਿਆ ਕਿ ਵਜ਼ੀਰ ਬਣ ਗਿਆ ਤਾਂ ਉਹ ਠਾਕਰ ਨੂੰ ਕਿਤੇ ਫੜਾਤਾ ਪਿੰਡ ਵਾਲਿਆਂ ਨੇ ਵੀ ਇਹ ਸਾਡੀਆਂ ਛਲੀਆਂ ਭੰਨ ਲਿਆ ਉਹ ਛਲੀਆਂ ਭੰਨ ਕੇ ਲਿਆ ਪੁਲਿਸ ਵਾਲਾ ਲੈ ਗਿਆ ਉਹ ਕਹਿੰਦੇ ਸਾਡੀਆਂ ਛਲੀਆਂ ਭੰਨ ਲੈਂਦੇ ਜਾਂ ਮਿਰਚਾਂ ਤੋਂ ਸਾਨੂੰ ਤੰਗ ਬਹੁਤ ਕਰਦਾ ਰਾਜ ਆਪਣਾ ਆ ਗਿਆ ਸਾ ਉਹਨੂੰ ਠਾਕਰ ਨੂੰ ਅੰਦਰ ਉਹਦੇ ਸਿਰ ਬੰਬ ਪਾ ਕੇ ਉਹਨੂੰ ਅੰਦਰ ਦੇ ਦਿੱਤਾ ਝੂਠਾ ਬੰਬ ਪਾ ਕੇ ਅੰਦਰ ਦੇ ਦਿੱਤਾ ਤਾਂ ਉਹ ਅੰਦਰ ਆ ਗਿਆ ਅਸਲਾ ਉਹਦੇ ਕੋਲ ਸਾ ਮੁੜ ਕੇ ਉਹਦੀ ਜਮਾਨਤ ਨਾ ਹੋਵੇ ਬੰਬ ਇਟਲੀ ਦਾ ਬਣਿਆ ਤਾ ਉਹ ਪੰਜ ਉਹਨੂੰ ਲੱਗੇ 2-4 ਮਹੀਨੇ 5 ਮਹੀਨੇ ਮਗਰ ਪਿਆ 5-6 ਮਹੀਨੇ ਦਾ ਜਿਸ ਵੇਲੇ ਉਹਦੀ ਜਮਾਨਤ ਹੋਈ ਤਾਂ ਮਾਰਸ਼ ਉਹਨਾਂ ਆ ਕੇ ਪਿੰਡੋਂ ਆਪਣਾ ਝੋਲਾ ਚੱਕਿਆ ਸਿੱਧਾ ਜਲੰਧਰ ਮਾਰਸ਼ ਉਹਨਾਂ ਦੇ ਘਰ ਚਲੇ ਗਏ
ਉਹਨੀ ਦਿਨੀ ਪਹਿਲਾਂ ਜਿਹੜੀ ਸਰਦੀ ਲੱਗਦੀ ਸੀ ਉਹ ਜਲੰਧਰੇ ਲੱਗਦੀ ਸੀ ਉਸ ਵੇਲੇ ਜਿਹੜੇ ਉਹਨਾਂ ਦੇ ਘਰ ਜਾ ਕੇ ਗਿਆ ਕੇ ਬੋਲਿਆ ਵੀ ਮੈਂ ਮਾਸਟਰਾਂ ਨੂੰ ਮਿਲਣਾ ਮਾਈ ਕਹਿਣ ਲੱਗੇ ਪਏ ਉਹ ਤਾਂ ਉਹਨੀ ਆਉਣਾ ਹੈਗਾ ਇੱਕ ਵਜੇ ਆਉਣਾ ਤੁਸੀਂ ਉਸ ਵੇਲੇ ਮਿਲ ਲਿਓ ਬਹਿ ਜਾ ਰੋਟੀ ਖਾ ਲਓ ਉਹ ਬੈਠਾ ਰਿਹਾ ਜਿਸ ਵੇਲੇ ਆਏ ਤਾਂ ਦੱਸਿਆ ਵੀ ਮੈਂ ਬਾਹਰ ਕੋਈ ਬੰਦਾ ਮਿਲਣਾ ਆਇਆ ਰੋਟੀ ਖਾਣ ਆਏ ਸੀ ਕਹਿੰਦੇ ਆ ਕਿ ਸਦ ਲਓ ਉਹਨਾਂ ਸਵਾਦ ਗਾ ਜ਼ਿਮੀਂਦਾਰ ਆ ਮਿਹਨਤੀ ਜੋ ਜਦ ਕੋਈ ਆਇਆ ਠੀਕ ਹੈ ਕੋਲ ਕੋਈ ਫਰਕ ਨਾ ਸੁਣਦਾ ਉਹ ਜਦ ਉਹਨੂੰ ਸੱਦਿਆ ਉਹ ਆਇਆ ਉਹ ਕਹਿੰਦਾ ਮਾਸਟਰ ਜੀ ਇਸ ਰਾਜ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਵੀ ਸੱਚ ਦਾ ਰਾਜ ਹੋਊਗਾ ਵੀ ਇਹਦੇ ਝੂਠ ਨਹੀਂ ਹੋਊਗਾ ਝੂਠਾ ਮੁਕਦਮਾ ਨਹੀਂ ਹੋਊਗਾ ਦੁੱਧ ਇਹਦੀਆਂ ਨਜ਼ਰ ਪਊਗੀਆਂ ਲਾਪਿਆ ਕਹਿੰਦਾ ਗੁੱਸੇ ਮਾਸ ਨੂੰ ਆਪ ਦਾਦੇ ਸੀ ਉਹ ਸੇਬ ਮੁੱਕ ਜਾ ਕਹਿੰਦੇ ਗੁੱਸੇ ਨੇ ਲਾਪਿਆ ਬੋਲਣ ਉਹ ਕਹਿੰਦੇ ਮੈਂ ਕਿਹਾ ਉਹ ਠਾਕਰਾ ਦੱਸ ਕਹਿੰਦਾ ਮੈਂ ਠਾਕਰਾਂ ਸੈਂਸੀ ਆਪਣੇ ਪਿੰਡ ਦਾ ਜੱਬੋਵਾਲ ਦਾ ਕਹਿੰਦਾ ਮੇਰੇ ਤਾਂ ਇਟਲੀ ਦਾ ਮੈਂ ਕਹਿੰਦਾ ਛਲੀਆਂ ਛੁਲੀਆਂ ਪਾ ਲੈਣਾ ਰੋਟੀ ਖਾਣ ਨੂੰ ਮੈਂ ਮਹਿਲ ਬਾੜੀਆਂ ਨਹੀਂ ਪਾਉਂਦਾ ਕੋਈ ਲੁੱਟਦਾ ਨਹੀਂ ਹੈ ਰੋਟੀ ਤਾਂ ਖਾਣੀ ਕਹਿੰਦਾ ਕੰਮ ਦੇ ਦਿਓ ਮੈਨੂੰ ਕੰਮ ਨਹੀਂ ਹੈ ਕਹਿੰਦਾ ਮੈਂ ਜਾਣਾ ਕਿ ਛਲੀਆਂ ਦੋ ਲਿਆ ਨਿਆਣੇ ਲਈ ਜਾਂ ਮਿਰਚਾਂ ਤੋੜ ਲੈ ਮੇਰੀ ਰੋਟੀ ਦਾ ਬੰਬ ਪਾਤਾ ਤੇਰੇ ਥਾਣੇਦਾਰ ਨੇ ਮੇਰੀ 6 ਮਹੀਨੇ ਜਮਾਨਤੀ ਨੂੰ ਇਸ ਰਾਜ ਨੂੰ ਕਹਿੰਦਾ ਰਾਜ ਆਵੇ ਮਾਰਸ ਹੋਣੀ ਕਹਿੰਦੇ ਸਾਨੂੰ ਉਹ ਆਜ਼ਾਦੀ ਵਾਲੀ ਅੱਗ ਲੱਗ ਗਈ ਸਾਨੂੰ ਤਾਂ ਘਰ ਬੈਠਣਾ ਮਿਲਿਆ ਕਹਿੰਦਾ ਮੈਂ ਰੋਟੀ ਬਿਨਾਂ ਖਾਧੀ ਜਾ ਕੇ ਅਸੈਂਬਲੀ ਚਲੇ ਗਿਆ ਜਾਂਦੇ ਨੇ ਸਵਾਲ ਪੋਟਾ ਪੇ ਕੀਤਾ ਵੀ ਅਸੀਂ ਜਵਾਨੀਆਂ ਗਾਲੀਆਂ ਦੇਖ ਲਈਏ ਇਸ ਗੱਲ ਨਹੀਂ ਤੇ ਭੈਣ ਚ ਝੂਠੇ ਮੁਕਦਮੇ ਬਣ ਝੂਠੇ ਬੰਬ ਪੈਣ ਇਹ ਰਾਜ ਨੂੰ ਅੱਗ ਲਾ ਦਿਆਂਗੇ ਲਾਪਿਆ ਉੱਥੇ ਆਪਣੇ ਮੂੰਹ ਚਾ ਕੇ ਦੇਖ ਲਈ ਆਜ਼ਾਦੀ ਬਿਨਾਂ ਕਹਿੰਦਾ ਬੋਲਿਆ ਜਾਂ ਉੱਥੇ ਬੋਲਿਆ ਗੋਪੀ ਚੰਦ ਭਾਰੂ ਹੱਥ ਜੋੜ ਕੇ ਖੜਾ ਮਾਸਟਰ ਜੀ ਸਾਹਮਣੇ ਗਏ ਸੀ ਬਹਿ ਜਾਓ ਅਸੀਂ ਹੁਣੇ ਇਹਦਾ ਹੱਲ ਕਰਦੇ ਬੈਠੋ ਬੜਾ ਜ਼ੋਰ ਨਾਲ ਬਹਾਲਿਆ ਉਸੇ ਵੇਲੇ ਥਾਣੇਦਾਰ ਨੂੰ ਸਸਪੈਂਡ ਕੀਤਾ ਉਹਨੂੰ ਲੈਣ ਹਾਜ਼ਰ ਕੀਤਾ ਔਰ ਉਹਨੂੰ ਆ ਕੇ ਠਾਕਰ ਨੂੰ ਘਰ ਬਾਹਰ ਗਿਆ ਉਹਨੂੰ ਆ ਕੇ ਕਿਹਾ ਵੀ ਵਿਆਹ ਕਰ ਨੂੰ ਤੈਨੂੰ ਕੋਈ ਬੁਲਾਊਗਾ ਤਾਂ ਇੱਥੇ ਨੂੰ ਆ ਜਾਈ ਆਹ ਉਹਨਾਂ ਦੇ ਸੁਪਨੇ ਸੀ ਆਹ ਗੱਲ ਹੋਣ ਲੱਗ ਪਏ ਸੁਣਨ ਦੀ ਹੁੰਦੀਆਂ ਹੀ ਅੱਜ ਉੱਥੇ ਚੱਲ ਰਿਹਾ ਕੰਮ ਅੱਜ ਉੱਥੇ ਚੱਲ ਰਿਹਾ ਜੋ ਉਮੀਦ ਲਗਾਈ ਗਈ ਸੀ ਉਸ ਦੇ ਮੁਤਾਬਕ ਜਦੋਂ ਵਾਪਰਨਾ ਨਾ ਸ਼ੁਰੂ ਹੋਇਆ ਤਾਂ ਮਾਸਟਰ ਜੀ ਨੇ ਫਿਰ ਦੁਬਾਰਾ ਸਟੈਂਡ ਲੈ ਲਿਆ ਕਿ ਅਸੀਂ ਇਸ ਆਜ਼ਾਦੀ ਲਈ ਨਹੀਂ ਲੜੇ ਸੀ ਕਹਿਣ ਲੱਗੇ ਸੀ ਕਿ ਉਹਨਾਂ ਨੇ ਇੱਕ ਸਿਲਸਿਲਾ ਨੋਟ ਕੀਤਾ ਕਿ ਵੀ ਇਹ ਡਿਵੈਲਪਮੈਂਟ ਹੋਰ ਪਾਸੇ ਨੂੰ ਜਾ ਰਿਹਾ ਹੈ ਹਾਂਜੀ ਬਿਲਕੁਲ ਉਹ ਜਦੋਂ ਆਜ਼ਾਦੀ ਆਈ ਹੈ ਉਸ ਤੋਂ ਬਾਅਦ ਉਹਨਾਂ ਨੇ ਪੰਡਿਤ ਨਹਿਰੂ ਨੂੰ ਚਿੱਠੀ ਲਿਖੀ ਹੋਰ ਬਹੁਤ ਸਾਰੇ ਲੋਕਾਂ ਨੂੰ ਲਿਖੀ ਬਹੁਤ ਸਾਰੀਆਂ ਗੱਲਾਂ ਉਹਦੇ 'ਚ ਜ਼ਿਕਰ ਕੀਤਾ ਔਰ ਜ਼ਿਕਰ ਉਹਨਾਂ ਨੇ ਇਹ ਕੀਤਾ ਕਿ ਅੱਜ ਸਿਰਫ ਸ਼ਾਨੋ ਸ਼ੌਕਤ ਦੇ ਜਿਹੜੇ ਰਾਜਨੀਤੀ ਵਾਹਨ ਆ ਉਸ ਪਾਸੇ ਐਡ ਹੋ ਰਹੇ ਆ ਅਤੇ ਜਿਹੜੇ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਹੋਈਆਂ ਉਹ ਇਗਨੋਰ ਹੋ ਰਹੇ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੇ ਨਾਲ ਬਹੁਤੀ ਕੇਅਰ ਨਹੀਂ ਕੀਤੀ ਜਾਂਦੀ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਔਰ ਤੁਸੀਂ ਇਹ ਦੇਖੋ ਕਿ ਜਿਹੜਾ ਜਲੰਧਰ ਉਹਨਾਂ ਕੋਲ ਘਰ ਸੀ ਉਹ ਖਾਲੀ ਕਰਾਉਣ ਵਾਸਤੇ ਸਰਕਾਰੀ ਦਬਾਅ ਪਾਇਆ ਗਿਆ ਕਿ ਜੀ ਮਾਸਟਰ ਜੀ ਖਾਲੀ ਕਰੋ ਯਾਨੀ ਆਜ਼ਾਦੀ ਘੁਲਾਟੀਏ ਨੂੰ ਤੁਸੀਂ ਇੱਕ ਪ੍ਰਧਾਨ ਦੇ ਤੌਰ ਦੇ ਉੱਤੇ ਕਰ ਦਿੱਤਾ ਸੀ ਜਾਂ ਕਿਸੇ ਹੈਸੀਅਤ ਨਾਲ ਦਿੱਤਾ ਸੀ ਅੱਜ ਉਹ ਗਵਰਨਰ ਤੋਂ ਤੁਸੀਂ ਆਰਡਰ ਲੈ ਰਹੇ ਹੋ ਫਿਰ ਉਹਨਾਂ ਨੇ ਪ੍ਰੈਜੀਡੈਂਟ ਨੂੰ ਚਿੱਠੀ ਲਿਖੀ ਫਿਰ ਇੰਦਰਾ ਗਾਂਧੀ ਨੇ ਜਦੋਂ ਇਹ ਕਰਨੇ ਸੀਗੇ ਓਨਰ ਕਰਨਾ ਸੀ ਆਜ਼ਾਦੀ ਘੁਲਾਟੀਆਂ ਨੂੰ ਉਹਦੇ 'ਚ ਇਹਨਾਂ ਦਾ ਨਾਂ ਹੀ ਹੈ ਨਹੀਂ ਸੀ ਫਿਰ ਕਿਸੇ ਹੋਰ ਪੱਤਰਕਾਰ ਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਕਿ ਮੈਡਮ ਤੁਸੀਂ ਫਲਾਣੇ ਫਲਾਣੇ ਬੰਦੇ ਨੂੰ ਬੁਲਾ ਲਿਆ ਅਤੇ ਤੁਸੀਂ ਉਹਨੂੰ ਕਿਉਂ ਭੁੱਲ ਗਏ ਸੋ ਕਹਿਣ ਦਾ ਭਾਵ ਹੈਗਾ ਕਿ ਵਿਤਕਰਾ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸਾਡੇ ਬੰਦੇ ਮੋਹਰੇ ਉਹ ਆਉਂਦੇ ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਕੀਤੀ ਸੀ ਜਾਂ ਆਜ਼ਾਦੀ ਲਈ ਲੜੇ ਸੀ ਅਤੇ ਸ਼ਾਇਦ ਦੇਸ਼ ਕਿਤੇ ਹੋਰ ਦਾ ਹੋਰ ਹੋਣਾ ਸੀ ਡਾਕਟਰ ਗੁਰਦੇਵ ਸਿੰਘ ਜੀ ਜਿਸ ਤਰ੍ਹਾਂ ਹੁਣ ਡਿਸਕਸ਼ਨ ਹੋ ਰਹੀ ਕਿ ਮਾਸਟਰ ਜੀ ਦੀਆਂ ਇੱਛਾਵਾਂ ਦੇ ਮੁਤਾਬਕ ਜਿਸ ਵਾਸਤੇ ਉਹਨਾਂ ਨੇ ਲੜਾਈ ਲੜੀ ਸੀ ਉਸ ਤਰ੍ਹਾਂ ਨਹੀਂ ਵਾਪਰਿਆ ਕੁਛ ਹੋਰ ਤਰ੍ਹਾਂ ਦਾ ਦੇ ਵਿੱਚ ਇਹ ਸਾਰਾ ਕੁਛ ਜਾਣਨ ਤੋਂ ਬਾਅਦ ਤੁਹਾਡੀਆਂ ਕੀ ਫੀਲਿੰਗਸ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਪਿਤਾ ਜੀ ਨੇ ਜੋ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਦੇ ਨਾਲ ਜਸਟੀਫਿਕੇਸ਼ਨ ਨਹੀਂ ਹੋਈ ਕੀ ਹੋਣਾ ਚਾਹੀਦਾ ਤੁਸੀਂ ਇਹ ਸੋਚਦਾ ਜਿਹੜੇ ਸੁਪਨੇ ਸੀਗੇ ਉਹ ਪੂਰੇ ਨਹੀਂ ਹੋਏ ਮੈਂ ਕਿਹਾ ਦੱਸਦਿਆਂ ਜੀ ਗੱਲ ਹੈ ਜਿਹੜਾ ਵਿੱਚ ਬਬਰਾਨਾ ਜਿਹਨਾਂ ਨੇ ਜਾਨਾਂ ਬਾਰੀਆਂ ਕਿੰਨੇ ਹੁਸ਼ਿਆਰ ਸੀ ਕਿੰਨੇ ਸੇਜ ਸੀ ਜਾਨਾਂ ਕਿੱਦਾਂ ਹਰ ਵੇਲੇ ਦਾ ਤੇਲਾ ਕਰਾਉਂਦੇ ਸੀ ਰਤਨ ਸਿੰਘ ਬਬਰ ਹੋਇਆ ਰੱਕੜ ਜੀ ਬੜਾ ਮਸ਼ਹੂਰ ਹੈ ਲਾਈਫ ਸਾਰੀ ਦੁਨੀਆਂ ਜਾਣਦੀ ਹੈ ਕਿਤਾਬਾਂ ਲਿਖੀਆਂ ਉਹਦੀਆਂ ਰਤਨ ਸਿੰਘ ਬਬਰ ਮੈਂ ਪਹਿਲਾਂ ਤੁਹਾਨੂੰ ਗੱਲ ਦੱਸਿਆ ਇੱਥੇ ਆ ਕੇ ਰਹਿੰਦੀ ਸੀ ਰੱਖਿਆ ਸੁਣੀ ਆਪਣੇ ਜੰਗਲ ਦੇ ਵਿੱਚ ਰੋਟੀ ਪਾਣੀ ਦੇਣੀ ਸਾਡੇ ਉਹਨਾਂ ਦਿਨਾਂ ਦੇ ਵਿੱਚ ਇੱਕ ਬਜ਼ੁਰਗ ਸਾਡੇ ਕੋਲ ਪੀ ਜੀ 'ਤੇ ਆਇਆ ਸਿਆਣਾ ਬੰਦਾ ਹਾਕਮ ਸੁਣਾਉਂ ਸੀ ਸ਼ਾਇਦ ਉਹਨੂੰ ਪਤਾ ਲੱਗਾ ਵੀ ਰਤਨ ਸਿੰਘ ਬਬਰ ਮਾਸਟਰ ਨੂੰ ਇੱਥੇ ਰੱਖਿਆ ਆ ਉਹ ਉਹਨਾਂ ਨੂੰ ਕਹਿਣ ਲੱਗਾ ਮਾਸਟਰ ਜੀ ਮੈਨੂੰ ਬਬਰੇ ਦਰਸ਼ਨ ਕਰਾਓ ਮੈਂ ਉਹਦੀ ਸੇਵਾ ਵੀ ਕਰਨੀ ਆ ਮੈਂ ਪੈਸੇ ਵੀ ਦੇਊਂਗਾ ਮਾਸਟਰ ਨੂੰ ਕਹਿੰਦੇ ਮੈਂ ਰਾਤ ਨੂੰ ਰੋਟੀ ਦੇਣ ਜਾਂਦਾ ਹੁੰਦਾ ਸਾ ਤਾਂ ਮੈਂ ਉਹਨੂੰ ਪੁੱਛ ਕੇ ਆਇਆ ਵੀ ਕੱਲ੍ਹ ਨੂੰ ਸਾਡੇ ਬਜ਼ੁਰਗ ਬਾਹਰੋਂ ਆਇਆ ਉਹਦਾ ਸ਼ੌਕ ਵਾ ਲਗਨਾ ਪਿਆਰ ਨਾਲ ਤੈਨੂੰ ਦੇਖਣਾ ਚਾਹੁੰਦਾ ਮਿਲਣਾ ਚਾਹੁੰਦਾ ਵੀ ਘਬਰਾਈ ਨਾ ਹੋਰ ਗੱਲ ਕੋਈ ਨਹੀਂ ਹੈ ਵੀ ਤੈਨੂੰ ਮਿਲਣਾ ਹੈ ਤੇਰੀ ਸ਼ਾਇਦ ਉਹ ਕੋਈ ਸੇਵਾ ਸੇਵਾ ਵੀ ਕਰਨੀ ਚਾਹੁੰਦਾ ਮੈਂ ਉਹ ਕਹਿੰਦੇ ਕੋਈ ਨਹੀਂ ਤੁਹਾਡੇ ਨਾਲ ਹੈ ਤਾਂ ਖੁਈ ਆਵੇ ਜਿਸ ਵੇਲੇ ਕਹਿੰਦੇ ਗਏ ਉੱਥੇ ਉਹ ਮਾਸਟਰ ਨੂੰ ਕਹਿੰਦੇ ਮੈਂ ਨਾਲ ਸਾਹਮਣੇ ਆਪ ਸਾਨੂੰ ਗੱਲ ਸੁਣਾ ਗਈ ਜਿਹੜੇ ਗਏ ਅਸੀਂ ਤਾਂ ਹਾਕਮ ਸੂ ਨਾਲ ਸਾ ਉਹਨੂੰ ਫਿਰ ਉਸੇ ਪਿਆਰ ਨਾਲ ਜੱਫੀ ਪਾ ਲਈ ਹਾਕਮ ਸੂ ਨੂੰ ਬੜੀ ਨੂੰ ਸ਼ਾਇਦ ਉਹਨਾਂ ਹਾਕਮ ਸੂ ਸੀਗਾ ਪੀ ਜੀ 'ਤੇ ਆਇਆ ਸੀਗਾ ਜਿਹੜੇ ਜੱਫੀ ਪਾਈ ਤਾਂ ਉਹ ਹਾਕਮ ਸਿੰਘ ਨੇ ਵੀ ਜੱਫੀ ਪਾ ਲਈ
ਤਾਂ ਹਾਕਮ ਸਿੰਘ ਉਹਨੂੰ ਸੁਚੇਤ ਕਰਨ ਲੱਗਾ, ਉਹਨੂੰ ਉਹਨੂੰ ਅਕਲ ਦੇਣ ਵਾਲੀ ਗੱਲ ਆ, ਕਹਿੰਦਾ ਤੁਸੀਂ ਬਾਬਰ ਸਾਹਿਬ ਇੱਦਾਂ ਨਾ ਜੱਫੀ ਪਾਇਆ ਕਰੋ, ਮੈਂ ਤੁਹਾਨੂੰ ਕਿਹਾ ਪਤਾ ਮੇਰੇ ਦਿਲ 'ਚ ਕੀ ਆ, ਜੇ ਮੈਂ ਤੁਹਾਨੂੰ ਹੁਣ ਇੱਦਾਂ ਬਾਹਾਂ ਫੜੀਆਂ ਫਿਰ ਰੌਲਾ ਪਾ ਜਾਂ ਤੁਹਾਨੂੰ ਫੜ ਲਈ ਫਿਰ, ਹੁਣ ਤਾਂ ਉਹਨੂੰ ਆਪਣੀ ਦੱਸੀ ਸਿਆਣਪ ਦੀ ਗੱਲ, ਉਹਨੇ ਉਹਨੂੰ ਜਵਾਬ ਉਸੇ ਵੇਲੇ ਦਿੱਤਾ, ਉਹਨੂੰ ਹਾਕ ਸਤੋਂ ਬਾਬਰ ਨੇ, ਉਹਦੇ ਹੱਥ ਵਿੱਚ ਰਿਵਾਲਵਰ ਸੀ, ਹੁਣ ਜੱਫੀ ਪਾਈ ਹੋਈ ਇੱਥੇ ਹੱਥ ਨਾਲ ਸਾ, ਉਹਦੇ ਕਾਂਧੇ ਉੱਤੇ ਰਿਵਾਲਵਰ ਰੱਖਤਾ, ਕਹਿੰਦੇ ਉਹਦਾ ਜਵਾਬ ਇਹ ਸੀ ਵੀ ਜੇ ਇੱਦਾਂ ਕਰੂਗਾ ਮੇਰੇ ਗਵਾਹ ਹੈਗਾ। ਮਾਸਟਰ ਜੀ ਜਿੱਥੇ ਇੱਕ ਆਪਣੇ ਕੰਮ ਦੇ ਧੁਨੀ ਦੇ ਬੜੇ ਪੱਕੇ ਸੀ, ਉੱਥੇ ਰੂਹਾਨੀਅਤ ਦੀ ਵੀ ਉਹਨੇ ਇਹਨੂੰ ਬੜੀ ਉੱਚੀ ਸਿੱਖਿਆ ਸੀ। ਉਹਨਾਂ ਦੇ ਆਖਰੀ ਟਾਈਮ ਦੀ ਗੱਲ, ਮੇਰੇ ਵੱਡਾ ਭਾਈ ਇੰਗਲੈਂਡ ਰਹਿੰਦਾ, ਉਹ ਸਰਵਿਸ ਕਰਦੇ ਰਹੇ ਪਹਿਲਾਂ ਮਾਸਟਰ ਜੀ ਜਲੰਧਰ ਨੂੰ, ਰਿਸ਼ਤੇ ਕਾਫੀ ਆਉਣ ਜਾਣ ਸਾਹਿਬ ਮਿਲ ਸੀ ਤਾਂ ਬੜੇ ਪਿਆਰ ਨਾਲ ਮਿਲਦੇ ਸੀ ਬੱਚਿਆਂ ਨੂੰ, ਉਹ ਇੰਗਲੈਂਡ ਤੋਂ ਇੱਥੇ ਆਏ, ਮੈਂ ਆਉਂਦਾ ਕਹਿੰਦਾ ਨੇ ਦੱਸਦਾ ਰਹਿੰਦਾ ਸੀ ਕੱਲ੍ਹ ਨੂੰ ਆਉਣਾ ਪਰਸੋਂ ਨਾ ਵੀਰੇ, ਨਾ ਹੋਇਆ ਚਿੱਠੀ ਪਾਈ ਸਾਰੀ ਗੱਲ ਕਰ ਦਿੰਦੇ ਸੀ ਕਿੱਦਣ ਆਉਣਾ, ਮੈਂ ਦੱਸਿਆ ਤਾਂ ਉਹ ਨਹੀਂ ਆਉਣਾ ਪਰਸੋਂ ਨੂੰ। ਉਹਨਾਂ ਨੇ ਮੰਝ 'ਤੇ ਉਹ ਡਿਗਰੇ ਸੀ ਭਾਈ ਸਾਹਿਬ, ਉਦੋਂ ਆਏ ਅਤੇ ਸ਼ਾਮ ਨੂੰ ਆਏ 4-5 ਵਜੇ, ਤਾਂ ਥੱਕੇ ਹੋਏ ਸੀ, ਪੈਪੂ ਗਏ, ਦੂਜੇ ਦਿਨ ਪ੍ਰਾਹੁਣੇ ਆਈ ਗਏ, ਜਾਣਾ ਹੋਇਆ ਜੀ। ਤੀਜੇ ਦਿਨ ਜਦੋਂ ਮਿਲਣ ਗਏ 4-5 ਵਜੇ, ਤਾਂ ਜਾ ਕੇ ਕਹਿੰਦੇ ਮੈਨੂੰ ਮੈਨੂੰ ਆਪ ਦੱਸਿਆ ਉਹਨੇ, ਕਹਿੰਦੇ ਜਿਸ ਵੇਲੇ ਗਏ ਤਾਂ ਮੈਂ ਜਾ ਕੇ ਬੁਲਾਇਆ, ਸਤਿ ਸ਼੍ਰੀ ਅਕਾਲ ਬੁਲਾਈ, ਤਾਂ ਮੂੰਹ ਦੂਜੇ ਪਾਸੇ ਨੂੰ ਕਰ ਲਿਆ ਉਹਨੇ, ਅਸੀਂ ਮੂੰਹ ਦੂਜੇ ਪਾਸੇ ਨੂੰ ਕਰ ਲਿਆ। ਮੈਂ ਕਿਹਾ ਜੀ ਕੀ ਗੱਲ, ਨਾਰਾਜ਼ ਹੋ ਗਿਆ? ਕਹਿੰਦੇ ਨਾਰਾਜ਼ ਪਰਸੋਂ ਦਾ ਆਏ ਹਾਂ, ਹੁਣ ਮਿਲਣਾ ਆ ਪਿਆਰ ਦੇ ਵਿੱਚ, ਫੇਸ ਦੇ ਉਹ ਕਹਿੰਦੇ ਗੱਲਾਂ ਕਰ ਲਈਆਂ, ਫਿਰ ਗੱਲਾਂ ਕਰਦਿਆਂ ਕਰਦਿਆਂ ਰਾਤ ਨੂੰ 10:30-11 ਵਜ ਗਏ। ਮੈਂ ਬਾਹਰੋਂ ਆਇਆ ਪਸ਼ੂ ਪਾ ਨੂੰ ਆਪਣੇ ਸਾਂਭ ਕੇ, ਮੈਂ ਜਿਵੇਂ ਆ ਕੇ ਘਰ ਰੋਟੀ ਰੋਟੀ ਖਾ ਲਈ, ਮੈਂ ਕਿੱਧਰ ਗਿਆ ਮੇਰਾ ਭਰਾ ਕਿੱਧਰ ਗਿਆ? ਕਹਿੰਦੇ ਉੱਧਰ ਨੂੰ ਗਏ ਮਾਸਟਰ ਨਾਲ, ਆਏ ਨਹੀਂ। ਮੈਂ ਵੀ ਉੱਠ ਕੇ ਆ ਗਿਆ, ਮੈਂ ਕਿਹਾ ਹੁਣ 11 ਵਜੇ ਚੱਲੀ, ਵੀ ਸੋਣਾ ਨਹੀਂ ਹੁਣ। ਜਦੋਂ ਮੈਂ ਆਇਆ ਜੀ ਤਾਂ ਗੱਲਾਂ ਕਰਦੇ ਸੀ ਆਪਣੀਆਂ ਦੁਨੀਆਂ ਦੀਆਂ, ਜਿੱਦਾਂ ਉਹਨਾਂ ਦੇ ਖਿਆਲ ਸੀ ਗੱਲਾਂ ਕਰਦੇ ਕਰਦੇ, ਮੈਂ ਵੀ 10-15 ਮਿੰਟ ਆ ਕੇ ਕੋਲ ਬੈਠਾ ਗੱਲਾਂ ਸੁਣੀਆਂ, ਤਾਂ ਮੈਂ ਕਿਹਾ ਹੁਣ ਫਿਰ ਚੱਲੀਏ ਸੋਣਾ ਵੀ ਹੁਣ। ਜਦੋਂ ਅਸੀਂ ਉੱਠਣ ਲੱਗੇ ਤਾਂ ਮੇਰੇ ਵੱਡੇ ਭਾਈ ਨੇ ਕਿਹਾ ਵੀ ਤੁਸੀਂ ਜ਼ਿੰਦਗੀ ਸਾਰੀ ਆਪਣਾ ਸਵਾਸ ਇੱਧਰ ਲਾਤਾ, ਦੁੱਖਾਂ ਤਕਲੀਫਾਂ 'ਚ, ਲੋਕਾਂ ਲਈ, ਮੁਲਕ ਲਈ, ਬੱਚਿਆਂ ਦਾ ਨਹੀਂ ਕੁਛ ਸੋਚਿਆ, ਹੋਰ ਨਹੀਂ ਸੋਚਿਆ, ਫਿਰ ਹੁਣ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ, ਸਕੂਲਾਂ ਨੂੰ, ਸੜਕਾਂ ਨੂੰ, ਪੁਲਾਂ ਨੂੰ, ਹਸਪਤਾਲਾਂ ਨੂੰ, ਜਿਹੜਾ ਬਣਾ ਵੀ ਜਾਏ ਨਾ, ਤੁਸੀਂ ਆਰਾਮ ਕਰਿਆ ਕਰੋ, ਫਿਕਰ ਰੱਖਿਆ ਕਰੋ, ਮਨ 'ਤੇ ਨਾਚ ਦੀਆਂ ਸੋਚਿਆ ਕਰੋ, ਰੱਬ ਦਾ ਨਾਂ ਰਿਹਾ ਕਰੋ, ਜਿੱਦਾਂ ਸਿਆਣੇ ਨੂੰ ਕਹੀਦਾ, ਹੁਣ ਤੁਸੀਂ ਨਾ ਕਰਿਆ ਕਰੋ। ਉਹਨੇ ਫੇਮ ਮੁੜ ਕੇ ਬਾਂਹ ਤੋਂ ਫੜ ਕੇ ਬਹਾੜ ਲਿਆ, ਕਹਿੰਦੇ ਉਸੇ ਵੇਲੇ ਸਿਰਾਣੇ ਦੇ ਥੱਲੇ 'ਤੇ ਕੱਢੀ ਮਾਲਾ, ਚਿੱਟੀਆਂ ਮਣਕਿਆਂ ਦੀ ਮਾਲਾ ਸੀ ਉਹ, ਕਹਿੰਦੇ ਜਦੋਂ ਆਹ ਮੈਂ ਫੇਰਨ ਲੱਗਦਾ ਨਾ ਮਾਲਾ, ਤਾਂ ਉਸੇ ਵੇਲੇ ਨੀਂਦ ਆ ਜਾਂਦੀ ਹੈ, ਜਦੋਂ ਉੱਦਾਂ ਨੀਂਦ ਨਹੀਂ ਆਉਂਦੀ, ਕਹਿੰਦੇ ਜਦੋਂ ਮਾਲਾ ਚੱਕਦਾ ਮੈਂ ਨੀਂਦ ਆ ਜਾਂਦੀ ਆ। ਕਹਿੰਦੇ ਜੇ ਕੋਈ ਰੱਬ ਨਾਲ ਮਨ ਲੱਗਾ, ਮੇਰਾ ਤਾਂ ਇੱਕ ਟਾਈਮ ਲੱਗਾ, ਉਹਨੇ ਆਖਰੀ ਗੱਲ ਇਹ ਕਹੀ ਉਹ ਰੂਹਾਨੀਅਤ ਕਿੰਨੀ ਉੱਚੀ ਸੀ, ਕਹਿੰਦੇ ਜਦੋਂ ਮੇਰੇ ਬੈਂਤਾਂ ਵੱਜੀਆਂ, ਕਹਿੰਦੇ ਉਸ ਵੇਲੇ ਮੈਨੂੰ ਆਹ ਸਾਰੀ ਗੱਲ ਗੁਰਚੈਨ ਸਿੰਘ ਨੇ ਸੁਣਾਈ ਆ, ਵੀ ਆਹ ਪੀਸ਼ਨ ਸੀ ਇੱਦਾਂ ਕਹਿ ਦਿਆ, ਤੂੰ ਫੀਮ ਖਾ ਲਾ, ਤੈਨੂੰ ਤਕਲੀਫ ਨਾ ਹੋਊਗੀ। ਕਹਿੰਦੇ ਮੈਂ ਕਿਹਾ ਤਕਲੀਫ ਨਹੀਂ, ਮੈਂ ਹੁੰਦੀ ਨਹੀਂ ਦੱਸਿਆ ਹੁਣ, ਉਹ ਜਿਸ ਵੇਲੇ ਟਿਕਟੀ ਦੇ ਮੈਂ ਖੜ੍ਹਾ ਸੀਗਾ, ਅਤੇ ਕੈਦੀ ਸਾਰੇ ਉੱਥੇ ਸੀਗੇ, ਡੀ ਸੀ ਉੱਥੇ ਸੀਗਾ, ਮੈਜਿਸਟਰੇਟ ਉੱਥੇ ਸੀਗਾ ਖੜ੍ਹਾ, ਜਿਹਨੇ ਸਜ਼ਾ ਦਿੱਤੀ ਹੋਈ ਸੀ। ਜਦੋਂ ਕਹਿੰਦੇ ਉਹ ਮੇਰੇ ਬੈਂਤਾਂ ਲੱਗ ਰਹੀਆਂ ਸੀਗੀਆਂ, ਤਾਂ ਮੈਂ ਉਸ ਵੇਲੇ ਬੇੜਾ ਉਹਦੀ ਆਪਣੀ ਜਵਾਨ ਨੂੰ ਇਹਨਾਂ ਦੀ ਗੱਲ ਨਿਕਲ ਗਈ ਆਖਰੀ, ਮੈਂ ਤਾਂ ਮੇਰੇ ਭਰਾ ਨੇ ਸੁਣੀ, ਉਹਨੂੰ ਕਿਹਾ ਵੀ ਮੈਂ ਉਸ ਵੇਲੇ ਅਕਾਲ ਤਖ਼ਤ 'ਤੇ ਖੜ੍ਹਾ ਗੁਰੂ ਮਹਾਰਾਜ ਨਾਲ ਗੱਲਾਂ ਕਰ ਰਿਹਾ ਸੀ, ਮੈਨੂੰ ਨਹੀਂ ਪਤਾ ਮੇਰੀ ਬੱਚੀ, ਔਰ ਇਹ ਗੱਲ ਸਿੱਧ ਕਰਦੀ ਆ, ਜਿਹਦੀ ਇੱਕ ਬੈਂਤ ਲੱਗੀ ਉਲਟ ਕੇ ਡੈ ਪੈਂਦਾ, ਮਾਰ ਸੁਣੀ ਮਗਰੋਂ ਨੇ 35 ਬੈਂਤਾਂ ਲੱਗੀਆਂ, ਹੁਣ ਛਾਲ ਮਾਰ ਕੇ ਟਿਕਟ ਥੱਲੇ ਉਤਰੇ। ਗੁਰਮੁਖ ਸਿੰਘ ਮਸਾਹਰ ਆਪਣੀ ਕਿਤਾਬ ਦੇ ਵਿੱਚ ਆਪਣੀ ਕਰਨਾ ਲੈ ਗਿਆ, ਇੱਕ ਬਾਗੀ ਕਵੀ ਹੁੰਦਾ ਸਾ ਜੀ, ਉਹਨੇ ਸਟੇਜ 'ਤੇ ਕੁਝ ਲਾਈਨਾਂ ਬੋਲਣੀਆਂ ਜੀ ਜੀ, ਉਹ ਜਿਹੜੀਆਂ ਲਾਈਨਾਂ ਬਿਲਕੁਲ ਸੱਚ ਆ, ਅੱਜ ਵੀ ਉਹ ਝੂਠੀਆਂ ਨਹੀਂ ਹੈਗੀਆਂ, ਕਿ ਉਹ ਕਵੀ ਕਹਿੰਦੇ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਜਿੱਥੇ ਨਾ ਪਹੁੰਚੇ ਕਵੀ ਉੱਥੇ ਪਹੁੰਚੇ ਅਨੁਭਵੀ। ਉਹਨੂੰ ਲਿਖਿਆ ਕਹਿੰਦਾ ਅੱਜ ਦੇ ਹਾਲਾਤ ਕੀ ਆ, ਕਹਿੰਦਾ ਗੂੰਗੇ ਗੀਤ ਗਾਉਂਦੇ, ਬੋਲੇ ਸੁਣਨ ਵਾਲੇ, ਟੁੰਡੇ ਚੱਕ ਕੇ ਤਬਲਾ ਵਜਾਉਣ ਲੱਗ ਪਿਆ, ਲੰਘਾ ਕਰੇ ਡਾਂਸ ਕਾਣਾ ਚੀ, ਲੰਘਾ ਕਰੇ ਡਾਂਸ ਗੰਜਾ ਚੀਰ ਕੱਢੇ, ਕਾਣੇ ਅੱਖਾਂ 'ਚ ਸੁਰਮਾ ਪਾਉਣ ਲੱਗ ਪਿਆ। ਗੁਰੂ ਨਾਨਕ ਨੇ ਲਾਲੋ ਸੀ, ਲਾਲੋ ਨੂੰ ਤਾਰਿਆ ਸੀ, ਹੁਣ ਤਾਂ ਲਾਲੋ ਦੇ ਕੱਪੜੇ ਲਾਉਣ ਲੱਗ ਪਿਆ, ਅਤੇ ਗਰੀਬ ਲੁੱਟਿਆ ਗਿਆ, ਗਰੀਬ ਹੋਰ ਗਰੀਬ ਹੋਇਆ, ਇਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਮਾਂ ਪਿਓ ਦੇ ਪਿਆਰ ਤੋਂ ਵਾਂਝੇ ਰਹੇ, ਇਹਨਾਂ ਨੂੰ ਬਚਪਨ ਦੇ ਵਿੱਚ ਮਾਂ ਬਾਪ ਦਾ ਪਿਆਰ ਨਹੀਂ ਮਿਲਿਆ, ਕਿਉਂਕਿ ਜਦੋਂ ਮੈਂ ਚਿੱਠੀਆਂ ਉਹਨੀਆਂ ਪੜ੍ਹੀਆਂ, ਜਦੋਂ ਇਹਨਾਂ ਦਾ ਜਨਮ ਹੋਇਆ, ਇੱਕ ਜੇਲ੍ਹ ਦੇ ਵਿੱਚ ਚਿੱਠੀ ਲੈ ਕੇ ਪਾਈ ਰਿਸ਼ਤੇਦਾਰਾਂ ਨੇ, ਇਹਨਾਂ ਦੀ ਕਾਮਨਾ ਕੀਤੀ ਵੀ ਜਿਹੜਾ ਮੇਰੇ ਹੁਣ ਪੁੱਤ ਪੈਦਾ ਹੋਇਆ ਉਹ ਦੇਸ਼ ਭਗਤੀ ਦੇ ਜਜ਼ਬੇ ਵਾਲਾ ਹੋਵੇ, ਉਹਦੇ ਲਈ ਕੁਰਬਾਨੀ ਦਾ ਮਾਦਾ ਹੋਵੇ, ਉਹਦੇ ਲਈ ਇੱਦਾਂ ਦੀ ਭਾਵਨਾ ਹੋਵੇ, ਹਰ ਚੰਗੀਆਂ ਭਾਵਨਾ ਨਾਲ ਦਿੱਤੀਆਂ, ਪਰ ਉਹਨਾਂ ਦੀਆਂ ਭਾਵਨਾ ਕਰਕੇ ਡਾਕਟਰ ਬਣੇ, ਅਤੇ ਉਹਨਾਂ ਦੀ ਖਾਹਿਸ਼ ਸੀਗੇ ਕਿ ਚੰਗੇ ਕਿਸੇ ਅਹੁਦੇ 'ਤੇ ਪਹੁੰਚਣ, ਇਹਨਾਂ ਨੇ ਉਹਨਾਂ ਦੇ ਨਾਂ ਨੂੰ ਚਾਰਚਣ ਲਾਏ, ਅਤੇ ਉਹਨਾਂ ਦੀ ਜਿਹੜੀ ਕੁਰਬਾਨੀ ਸੀ ਬਹੁਤ ਜ਼ਿਆਦਾ ਸੀ, ਦੇਸ਼ ਦੇ ਵਿੱਚ ਜਿਹੜਾ ਲੁੱਟਾਂ ਦਾ ਜ਼ਿਆਦਾ ਜ਼ੋਰ ਆ, ਮੁਲਕ ਜਿਹੜਾ ਇੱਕ ਬਦਹਾਲੀ ਵਾਲੇ ਪਾਸੇ ਨੂੰ ਤੁਰ ਰਿਹਾ, ਦੇਸ਼ ਨੂੰ ਤਰੱਕੀ ਵਾਲੇ ਰਸਤੇ ਲਿਜਾਣ ਲਈ ਉਹਨਾਂ ਦੀ ਲੋੜ ਸੀ, ਉਹ ਪਿੱਛੇ ਹੋ ਕਰ ਦਿੱਤੇ ਗਏ। ਉਹ ਅਸੀਂ ਹੁਣ ਨਾ ਫਿਰ ਤੁਹਾਡੇ ਸਾਹਮਣੇ ਜੋ ਹੋ ਰਿਹਾ ਜੀ, ਕਿੱਥੇ ਕੱਪੜੇ ਕਿਆ ਹੁੰਦਾ ਕਿਆ ਨਹੀਂ ਹੁੰਦਾ, ਕੋਈ ਬੰਦਾ ਰੱਬੋ ਰੱਖਾ ਜਿਹੜਾ ਵੱਜੂਗਾ,
ਪਰ ਉਹ ਦੱਸੋ ਤੁਸੀਂ ਜਜ਼ਬਾਤੀ ਹੋ ਗਏ ਸੀ ਦੁਬਾਰਾ ਤੁਸੀਂ ਦੱਸੋ ਕੀ ਤੁਹਾਡੇ ਸੈਂਟੀਮੈਂਟਸ ਕੀ ਕਹਿੰਦੇ ਹੁਣ ਬਾਅਦ ਦੱਸਦੇ ਹੁੰਦੇ ਸੀ ਸਾਡੇ ਜੋ ਉਹਨਾਂ ਚਾਹਿਆ ਸੀ ਨਹੀਂ ਹੋਇਆ ਜਿਹੜੀ ਚੋਰੀ ਚੁੱਕ ਉਹ ਲੀਡਰ ਬਣ ਗਏ ਅਤੇ ਇਹਨਾਂ ਪਰ ਉਹਨਾਂ ਨੇ ਇੱਕ ਵਾਰੀ ਕਿਹਾ ਅਤੇ ਕਿਸੇ ਵੀ ਲੀਡਰ ਕੋਲ ਜਾਣ ਤਾਂ ਉਹਨਾਂ ਕੋਲ ਰੋਕਦਾ ਨਹੀਂ ਸੀ ਰੋਕਦਾ ਨਹੀਂ ਸੀ ਕੋਈ ਵੀ ਇਹਨਾਂ ਦਾ ਨਹੀਂ ਸੱਚੀ ਸੀਗੇ ਅਤੇ ਉਹ ਕਿਸੇ ਵੀ ਗਿਆ ਕਿਸੇ ਤੁਹਾਡਾ ਅਟਕਾਲ ਅਤੇ ਉੱਧਰ ਜਾਣ ਅਤੇ ਹੁਣ ਸਰਕਾਰ ਨਾਲ ਬਣਾਇਆ ਜਾਂਦਾ ਸੀਗਾ ਜੀ ਅਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਸੱਦ ਕੇ ਇੱਕ ਵਾਰੀ ਇੱਕ ਦੋ ਵਾਰੀ ਸਵਰਨ ਕਰ ਗਿਆ ਅਤੇ ਉੱਠ ਕੇ ਮਿਲੇ ਇੰਨੀ ਉਹਦੇ ਘਰ ਸੀਗੀ ਸਵਰਨ ਸਿੰਘ ਜਿਹੜੇ ਵਿਦੇਸ਼ ਮੰਤਰੀ ਉਹਨਾਂ ਦੇ ਘਰ ਤੁਸੀਂ ਗਏ ਤਾਂ ਉੱਠ ਕੇ ਮਿਲੇ ਤੁਹਾਨੂੰ ਕਿਉਂਕਿ ਤੁਸੀਂ ਮਾਸਟਰ ਕਬੂਲ ਸਿੰਘ ਜੀ ਦੇ ਪੁੱਤਰ ਸੀ ਜੀ 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 ਸੋ ਅਸੀਂ ਕੁਛ ਨਾ ਕੁਛ ਯਾਦਾਂ ਜਿਹੜੀਆਂ ਜਾਤੀ ਤੌਰ 'ਤੇ ਉਹਨਾਂ ਨੇ ਛੱਡੀਆਂ ਹੋਈਆਂ ਨੇ ਆਪਣੇ ਸਰਕਲ ਦੇ ਵਿੱਚ ਉਹਨਾਂ ਨੂੰ ਨੋਟ ਕਰਨ ਦਾ ਯਤਨ ਕੀਤਾ ਔਰ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ ਜਿਨ੍ਹਾਂ ਖੋਜਾਂ ਦੇ ਆਧਾਰ 'ਤੇ ਉਹਨਾਂ ਦੀ ਰਾਜਨੀਤਿਕ ਅੰਡਰਸਟੈਂਡਿੰਗ ਵੀ ਸਾਹਮਣੇ ਆ ਰਹੀ ਕਿ ਜਿੱਦਾਂ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਜੋ ਕੁਛ ਉਹ ਲਿਖਦੇ ਰਹੇ ਇੱਕਦਮ ਤਸਵੀਰ ਕਲੀਅਰ ਪੇਸ਼ ਹੁੰਦੀ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਕਿਸ ਪਾਸੇ ਵੱਲ ਨੂੰ ਦੇਸ਼ ਚੱਲਦਾ ਜਾ ਰਿਹਾ ਜਿਸ ਦੇ ਉੱਤੇ ਵਾਰ ਵਾਰ ਉਹ ਟਿੱਪਣੀ ਕਰਦੇ ਸੀ ਔਰ ਨਾਲ ਉਹ ਕਹਿੰਦੇ ਸੀ ਕਿ ਮੈਂ ਆਪਣੀ ਲੜਾਈ ਨੂੰ ਇੱਥੇ ਬੰਦ ਨਹੀਂ ਕੀਤਾ ਔਰ ਜਿਹੜੇ ਤਰੀਕੇ ਨਾਲ ਵੀ ਮੈਂ ਲੜਾਈ ਲੜ ਸਕਦਾ ਇਹਨਾਂ ਬੁਰਾਈਆਂ ਦੇ ਖਿਲਾਫ਼ ਮੈਂ ਆਪਣੀ ਲੜਾਈ ਜਾਰੀ ਰੱਖਾਂਗਾ ਔਰ ਉਹਨਾਂ ਨੇ ਮੈਗਜ਼ੀਨ ਰੇਸ ਕਰਕੇ ਛਾਪਿਆ ਸੀ ਸੋ ਇਸ ਤਰ੍ਹਾਂ ਇਹ ਕਰਕੇ ਅਸੀਂ ਜਿੰਨੇ ਵੀ ਸਾਡੇ ਧਿਆਨ ਦੇ ਵਿੱਚ ਆਉਂਦੇ ਨੇ ਕਿ ਗਦਰੀ ਬਾਬੇ ਜਾਂ ਆਜ਼ਾਦੀ ਘੁਲਾਟੀਏ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੁਛ ਪਲ ਕੱਟੇ ਹੋਏ ਨੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹਨਾਂ ਪਲਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਲਿਖਤ ਦੇ ਵਿੱਚ ਰਿਕਾਰਡ ਦੇ ਵਿੱਚ ਬੰਦ ਕਰਨ ਦਾ ਯਤਨ ਕਰੀਏ ਔਰ ਇਸ ਲੜੀ ਦੇ ਵਿੱਚ ਹੀ ਇਹ ਸਾਡੀ ਇੱਕ ਐਫਰਟ ਸੀ ਇੱਕ ਕੋਸ਼ਿਸ਼ ਸੀ ਕਿ ਜਿਹੜੇ ਉਹਨਾਂ ਦੇ ਨਾਲ ਬਹਿੰਦੇ ਉੱਠਦੇ ਰਹੇ ਨੇ ਉਹਨਾਂ ਦੇ ਉੱਤੇ ਕੀ ਪ੍ਰਭਾਵ ਹੈ ਜਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਉਹ ਦੱਸਦੇ ਰਹੇ ਨੇ ਉਹਨਾਂ ਨੂੰ ਨੋਟ ਕਰਨ ਦਾ ਯਤਨ ਕਰੀਏ ਔਰ ਇਸ ਦੇ ਨਾਲ ਹੀ ਅਸੀਂ ਇੱਥੇ ਸਾਡੇ ਬੈਠੇ ਮਹਿਮਾਨ ਖਾਸ ਤੌਰ 'ਤੇ ਇਸ ਪਿੰਡ ਦੇ ਪੰਚ ਸਾਹਿਬ ਨੇ ਸਰਦਾਰ ਕੁਲਵੰਤ ਸਿੰਘ ਜੀ ਔਰ ਗੁਰਚੈਨ ਸਿੰਘ ਜੀ ਔਰ ਉਹਨਾਂ ਦੇ ਸਪੁੱਤਰ ਡਾਕਟਰ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਔਰ ਜਿਹੜੀ ਉਹਨਾਂ ਦੀ ਖੋਜ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀਆਂ ਲਿਖਤਾਂ ਦੀ ਖੋਜ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀਆਂ ਘਟਨਾਵਾਂ ਜੋ ਵਾਪਰੀਆਂ ਨੇ ਉਹਦੀ ਖੋਜ ਲੱਗੇ ਹੋਏ ਨੇ S.Balwant ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਸ਼ੁਕਰੀਆ ਜੀ ਫਿਰ ਕਦੇ ਮੌਕਾ ਮਿਲਿਆ ਤਾਂ ਫਿਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵੈਰੀ ਮੱਚ ਥੈਂਕ ਯੂ